ਲੋਕੀ ਆਪਣੀ ਜ਼ੁਬਾਨੀ ਕਰਦੇ ਆ ਨੌਜਵਾਨ, ਬੜਾ ਮੈਚ ਖੇਡਿਆ ਜਾ ਰਿਹਾ, ਫੁੱਲ ਪੈਣ ਸਰੀਰਾਂ ਦੇ ਲਾਉਂਦੇ ਮਿਹਨਤ ਉੱਠ ਕੇ ਜੋ ਤੜਕੇ, ਆਓ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ, ਅੜੀਅਲ ਘੋੜੇ ਨੇ ਆਓ ਚੰਦਰੇ ਕਰ ਹੀ ਜਾਂਦੇ ਮਨਮਾਨੀ, ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ, ਆਓ ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ। 200 ਬੰਦਾ ਕਰਨਾ 200 ਬਾਓ ਤੇਰੇ ਰਵੀ ਬੱਲੇ ਬੱਲੇ। ਹਾਲੇ ਮੇਰੇ ਮਿੱਤਰੋ ਸ਼ੁਰੂਆਤ ਹੋਈ ਆ ਗਰਾਊਂਡ ਦੇ ਅੰਦਰ, ਬਾਈ ਜੀ ਦੋ ਨੰਬਰ ਗਰਾਊਂਡ ਦੇ ਵਿੱਚ ਡਾਕਟਰ ਸੁਦੋਹੇ ਦੀ ਟੀਮ ਤੇ ਭੁੱਛ ਵਾਲੀਆਂ ਮੁੰਡੇ ਆਪਣੇ ਆਪ ਨੂੰ ਤਿਆਰ ਕੀਤੀ ਹੈ, ਉਹਨਾਂ ਦਾ ਮੈਚ ਖੇਡੇ ਜਾਣਾ ਬਾਈ। 3 ਨੰਬਰ ਗਰਾਊਂਡ ਦੇ ਵਿੱਚ ਨੰਬਰ ਲਾਸਟ ਆ ਗਿਆ, ਆਓ ਯਾਰ ਵੀਰ ਬਣ ਕੇ ਗੰਗੋਰਾ ਚਿੰਗਾ ਤੇ ਖੇੜੀ ਦੀਆਂ ਟੀਮਾਂ ਅਗਲੇ ਸਾਲ ਪਹਿਲਾਂ ਆਸਟ੍ਰੇਲੀਆ ਕਹਿੰਦਾ ਵੀ ਪਹਿਲਾ ਇਨਾਮ ਜਿਹੜਾ ਦੂਜਾ 33,000 ਰੁਪਇਆ ਪਈ ਹੈ ਜੱਗਾ ਇਟਲੀ ਆ ਭਰਾ ਸਾਡਾ ਵੱਡੇ ਮਾਣ ਹੋਣਗੇ ਜੱਗਾ ਨਾਲ ਹਰੀ ਜੱਗਾ ਇਟਲੀ ਦੇ ਹਰੀ ਆਸਟ੍ਰੇਲੀਆ ਭਰਾ ਕਹਿੰਦੇ ਹੁਣ ਜਿਹੜਾ ਖਿਡਾਰੀ ਪਹਿਲਾਂ ਤਗੜਾ ਜਿਹਾ ਟੱਪਾ ਦੋਵੇਂ ਪਾਸੇ ਪਾ ਗਿਆ ਤੇ ਰੁਪਇਆ 500 ਦੇ ਦਿਆਂਗੇ ਪਰਮਿੰਦਰ ਮਾਸਟਰ ਦੀ ਆਏ ਹੋਏ ਪਹਿਲੀ ਵਾਰ ਨਾ ਪਤਾ ਲੱਗਿਆ ਉਹ ਗੱਲਾਂ ਕਹਿੰਦੇ ਟਿਕਾਣੇ ਨੇ ਮੇਰੇ ਹੀਰੋ ਖੇਡ ਦੇ ਮੈਦਾਨ ਦੇ ਵਿੱਚ ਮੈਂ ਚੁੱਟੀ ਦਾ ਉਹ ਬੱਲੇ ਅੰਗਰੇਜ਼ ਮਰਨਾੜੀ ਵਾਲਾ ਨਾਲ ਖੁੱਲੀ ਵਾਲੀ ਆ ਸਰੀ ਹੈ ਮੇਰੇ ਮਿੱਤਰੋ ਸਮੁੱਚੀ ਪ੍ਰਬੰਧਕੀ ਕਮੇਟੀ ਸੱਦਾ ਲਾ ਰਹੀ ਹੈ ਕੱਪ ਹੋਣਾ ਹਣੀ ਆਸਟ੍ਰੇਲੀਆ ਹਣੀ ਜਲਾਲ ਦੀ ਵਾਲਾ ਹਣੀ ਸਾਡਾ ਵੀਰ ਜਲਾਲ ਦੀ ਵਾਲ ਜਿਹੜਾ ਟੈਕ ਵਾਲਾ ਹੈ ਉਹ ਇਹਨਾਂ ਦੇ ਨਾਲ ਮਾਤਰੀ ਕਹਿੰਦੇ ਸੱਤੇ ਦਾ ਸਨਮਾਨ ਆ ਪਿਆ ਚਾਂਦੀ ਦੀ ਚੇੜ ਪਾ ਕੇ ਕਰ ਦਿਆਂਗੇ ਉਹ ਗੱਲਾਂ ਕਹਿੰਦੇ ਹੋਣਗੀਆਂ ਤੇ ਜੇ ਸਰੀ ਆ ਮੈਂ ਜਿੱਤ ਗਿਆ ਅਗਲੇ ਸਾਲ ਮਾਸਟਰ ਰਾਜਗੜ ਜੀ ਕਹਿੰਦੇ ਚਾਂਦੀ ਦੀ ਚੇੜ ਪਾ ਕੇ ਸਰੀ ਦਾ ਵੱਡਾ ਮਾਰ ਕਰ ਦਿਆਂਗੇ ਲੈ ਵੀ ਨੰਬਰ ਕਿੰਨੇ ਕਿੰਨੇ ਹੋ ਗਏ ਯੂਪੀ ਫਤਿਹਪੁਰ ਦਾ ਮੈਚ ਬੋਲ ਲੈਣੀ ਹੈਗਾ ਜੀ ਹਲੇ ਇੱਕ ਯਾਦ ਕਰ ਲੈ ਜਦੋਂ ਬਰਸਿਕਰੀ ਵਾਲੇ ਨੇ ਤੈਨੂੰ ਚਟਾਲੀ ਦੇ ਵਿੱਚ ਹਰਾਇਆ ਤੇ ਡਿੱਗ ਤੇ ਅੱਜ ਭਾਤੀ ਮੁੜ ਜਾਏ ਸਵਾਦ ਤੇ ਫੇਰ ਹੀ ਆਉਣਾ ਹੈ ਰਵੀ ਕਹਿੰਦੀ ਆ ਬਹਾਦਰਗੜੀਆ ਇੱਕ ਟੱਪਾ ਪਾ ਗਿਆ ਇੱਧਰ ਮੈਚ ਸਮਾਪਤ ਆ ਜੀ ਕੌਣ ਜਿੱਤਿਆ ਜ਼ਰੂਰ ਆਪਾਂ ਸਟੇਜ ਤੇ ਲਿਖਾ ਕੇ ਜਾਵਾਂਗੇ ਮੇਰੀ ਬੇਨਤੀ ਆ ਰਵੀ ਲਾਪ੍ਰੀਤ ਲਵੇ ਕੌਣ ਜਿੱਤ ਗਿਆ ਵੀਰੇ ਰੱਸੀ ਵੀਰੇ ਖੜੀ ਦੀ ਟੀਮਾਂ ਗਰਾਊਂਡ ਨੰਬਰ 3 ਦੇ ਲਾਗੇ ਆ ਜਾਣਗੀਆਂ ਫਿਰ ਆ ਜਾਣ ਭਰਾ ਬਣ ਕੇ ਗਰਾਊਂਡ ਨੰਬਰ 3 ਦੇ ਵਿੱਚ ਗੰਗੋਰਾ ਨਿੱਕਾ ਤੇ ਖੇੜੀ ਵਾਲੇ ਮੁੰਡੇ ਆ ਜਾਣਗੇ ਦਰਸ਼ੀ ਬਾਬਾ ਜੀ ਰਾਜਗੜ੍ਹ ਤੋਂ ਚੇਚੇ ਤੌਰ ਤੇ ਆਏ ਆ ਜਿਨ੍ਹਾਂ ਨੇ ਅੱਜ ਜੋਧਪੁਰੀ ਕੋਚ ਦਾ ਸਨਮਾਨ ਉਧਰੋਂ ਕਹਿੰਦੇ ਗੱਲਾਂ ਵੱਡੀਆਂ ਹੁੰਦੀਆਂ ਨੇ ਮੇਰੇ ਵੀਰੋ ਭਰਾ ਇਹ ਸਾਡਾ ਕਹਿੰਦੇ ਹਣੀ ਆਸਟ੍ਰੇਲੀਆ ਦਾ
ਸਾਰਾ ਕਹਿੰਦੇ ਮੇਰੇ ਵੀਰੋ ਪੰਜਾਬ ਥੰਡਰ ਕਲੱਬ ਆਸਟ੍ਰੇਲੀਆ ਦੇ ਮਾਣ ਕਰ ਰਿਹਾ ਹੈ, ਹਰੀ ਸਾਡੇ ਭਰਾ ਦੇ ਤੇ ਨਾਲ ਹੀ ਗੱਲਾਂ ਹੁੰਦੀਆਂ ਨੇ। ਹਾਂ ਮੇਰੇ ਵੀਰੋ ਕਹਿੰਦੇ ਹੁਸੈਨ ਪਾਕਿਸਤਾਨੀ ਆਸਟ੍ਰੇਲੀਆ ਤੋਂ ਲੈ ਲਿਆ ਚੇਚੇ ਤੌਰ ਤੇ ਤੇ ਪਾਕਿਸਤਾਨ ਵਾਲੇ ਭਰਾ ਨੇ ਦੂਜਾ ਨਾਮ ਦੇਣਾ ਆਸਟ੍ਰੇਲੀਆ। ਹਾਂ ਬਹੁਤ ਵੱਡੇ ਧੰਨਵਾਦ ਹੈ ਵੀਰੋ ਨੇ ਜਸਵੀਰ ਭਲੇਰ ਆਸਟ੍ਰੇਲੀਆ, ਬਹੁਤ ਬਹੁਤ ਧੰਨਵਾਦ ਕਰ ਰਹੇ ਤਰਸੇਮ ਭਲੇਰ ਆਸਟ੍ਰੇਲੀਆ। ਬੁਲਾਉਂਦੇ ਬੁਲਾਉਂਦੇ ਲੰਬੜਦਾਰ ਨਾਲੀ ਪਾਲੀ ਪੰਦੂੜੀ ਆਸਟ੍ਰੇਲੀਆ ਦੇ ਭਰਾ ਸਾਡੇ ਗਗਨ ਆਸਟ੍ਰੇਲੀਆ, ਦੂਜੇ ਪਾਸੇ ਬਦਸੀਕਰੀ ਹੈ ਭਾਈ ਆਸਟ੍ਰੇਲੀਆ, ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦੇ। ਤਗੜੀ ਲਾਗੀ ਇੱਕ ਕੌਣ ਠੁੱਲੀ ਵਾਲੀਆਂ ਕਹਿੰਦੇ ਸਰੀਆ ਦੁਨੀਆਂ ਦਿੱਤੀ ਹੋਈ ਆ ਤੇਰੇ ਕਾਰ ਖਿਡਾਰੀ ਨੇ ਭਾਈ ਜੀ ਕਮਲ ਕਿਰਪਾਲੇ ਲਈ ਕੌਣ ਜਿੱਤਿਆ ਇੱਥੇ ਭਰਾ ਬਣ ਕੇ ਕਮੈਂਟ ਹੀ ਭਾਜੀ ਆ ਰਵੀ ਪੂਨੀਆ ਸਾਡਾ ਵੀਰ ਹੈ ਗ੍ਰਾਮ ਦੇ ਲਈਆ, ਉਹ ਕਿਹੜਾ ਰੇ ਸਨੀ ਜਿਸੇ ਦੇ ਹੱਥਾਂ ਦੇ ਤਾਲ ਲਾਵੇ ਤੇ 500 ਦਾ ਵੱਡੇ ਮਾਣ ਕਰ ਦਿਆਂਗੇ। ਜਿਸ ਕਾਰਨ ਟਵਾਣਾ ਕਲਾਲਾ ਕਹਿੰਦਾ ਜੇ ਹੈਂਡਲ ਜਿੰਨੇ ਟੱਪੇ ਪਾਊ 100 ਰੁਪਏ, ਜਿਸ ਕਾਰਨ ਟਵਾਣਾ ਕਨੇਡਾ ਹੈਂਡਲ ਜਿੰਨੇ ਜਿੰਨੇ ਟੱਪੇ ਹੈਂਡਲ ਦੇ 100-100 ਰੁਪਇਆ ਉਹਨੇ 100-100 ਦੇ ਵੱਡੇ ਵੱਡੇ ਮਾਣ ਹੋਣਗੇ ਮੇਰੇ ਵੀਰੋ। ਆਓ ਬੱਲੇ ਗੱਲ ਕਿਤੇ ਟਿਕਾਣੇ ਜਿਹੜੀ ਲੱਗੀ ਪਈ ਆ ਪਟਵਾ ਨੰਬਰ ਦੱਸ ਕਿਤੇ ਕਿੰਨੇ ਹੋ ਗਏ, ਕਰ ਦੋ ਬਾਈ ਸ਼ੇਅਰ ਕਰ ਦੋ ਯਾਰ। ਦੂਜੇ ਪਾਸੇ ਮੁੰਡਾ ਕਹਿੰਦੇ ਸਮਾਣੇ ਦੇ ਇਲਾਕੇ ਦਾ ਭਰਾੜੀ ਵਾਲਾ ਕਹਿੰਦੇ ਅੰਗਰੇਜ ਆਇਆ ਹੋਇਆ ਪੱਲੇ ਚੜਦੇ ਵੱਡੇ ਆ ਖੁੱਲੀ ਵਾਲੀ ਆ ਕਹਿੰਦੇ ਭਾਈ ਸ਼ੇਅਰ ਕਰ ਦੋ ਇੱਕ ਇੱਕ ਸ਼ੇਅਰ ਕਰ ਦੋ ਸਾਰੇ ਪੱਟੀ ਫੇਰ ਤੋੜ ਗਿਆ ਮੇਰੇ ਕੋਲ ਕਹਿੰਦੇ ਮੁੰਡੇ ਨੇ ਧੰਨ ਧੰਨ ਕਰਵਾ ਦਿੱਤੀ ਹੈ। ਕੋਈ ਦਿੱਕਤ ਨਹੀਂ ਸੋਹਣਿਆ ਵੀਰਾ, ਤੂੰ ਵੀ ਜ਼ਿੰਦਗੀ ਦਾ ਰੰਗਲਾ ਸੋਜਣਾ ਸੰਗਰੂਰ ਵਾਲੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਆ, ਮੈਂ ਤੇ ਅਹਿਸਾਨ ਇਹਨਾਂ ਦਾ ਕਦੇ ਭੁੱਲ ਕੇ ਵੀ ਮੇਰੇ ਮਿੱਤਰੋ ਆਪਾਂ ਕਹਿ ਲਈਏ ਵੀ ਚੁਕਾ ਨਹੀਂ ਸਕਦੇ, ਇਹਨਾਂ ਦਾ ਬਹੁਤ ਵੱਡਾ ਧੰਨਵਾਦ ਆ, ਇਹਦੇ ਅਹਿਸਾਨ ਇਹਨਾਂ ਮੁੰਡਿਆਂ ਦੇ ਜਸ ਆਇਆ ਹੋਇਆ ਗੱਲਾਂ ਸੁਣਦੀਆਂ ਨੇ। ਹਾਂ ਮੇਰੇ ਵੀਰੇ ਵੱਡੇ ਵੱਡੇ ਮਹਿੰਗੇ ਮਹਿੰਗੇ ਕੁੱਤੇ ਰੱਖਦਾ ਚਰਜੇ ਵੱਡੇ, ਹੁਣ ਕਹਿੰਦਾ ਵੀ ਦੋ ਤਿੰਨ ਕੁੱਤੇ ਆਪਾਂ ਖੇੜੀ ਵਾਲੇ ਪੀਪੇ ਨੂੰ ਭੇਜ ਰਹੇ ਹੋ ਕਨੇਡਾ ਦੇ ਵਿੱਚ, ਯਾਰੀ ਪੱਕੀ ਹੈ ਖੇੜੀ ਵਾਲੇ ਕਹਿੰਦੇ ਪੀਪ ਚਹਿਲ ਦੇ ਨਾਲ ਮੇਰੇ ਵੀਰੇ ਵੀ ਸਾਰੇ ਆਖਦੇ ਸਮਾਰਟ ਮੁੰਡਾ ਪੀਪੇ ਨੂੰ ਤੇ ਹੱਸ ਦਿੰਦਾ ਤਾਲ ਵੇਖੋ ਬਾਕੀ ਖੇਡਾਂ ਦਾ ਕਰੇਰ ਵੇਖਣ ਪੈਰੂ ਵੇਖੇ ਨੇ ਬਾਲੀ ਵਾਲ ਵੇਖੋ ਲਾਟੀ ਆਪਣੇ ਪਿੰਡ ਦਾ ਨਾਂ ਕੀ ਹੈ ਸੁਣੇ ਵੀਰ ਟਾਈਮ ਆ ਪੰਜਾਬ ਲਓ ਸਮਝਦੇ ਵੀਰੋ 500 ਰੁਪਇਆ ਧੰਨਵਾਦ ਕਮਾਲ ਕਰ ਦਿੱਤੀ ਮਿੱਤਰ ਹਾਂ ਮੈਂ ਚੇਤਰ ਵੀ ਬਹੁਤ ਬਹੁਤ ਧੰਨਵਾਦ ਕਹਿੰਦੇ ਦੁਨੀਆ ਨੂੰ ਦੱਸ ਦਿੱਤਾ 100 ਬੰਦਾ ਹੋਣ ਵਾਲਾ ਖਿੱਚ ਕੇ ਕਰ ਦੋ 200-300 ਬੰਦਾ ਕਰੋ 500 ਰੁਪਇਆ ਆਇਆ ਬਾਈ ਸਾਡੇ
ਧੰਨਵਾਦ ਚਾਰ ਉਧਰ ਹੋ ਗਏ ਚਾਰ ਦੇ ਤਿੰਨ ਆਸਟ੍ਰੇਲੀਆ ਦਾ ਉਹ ਕਹਿੰਦਾ ਅਗਲੇ ਸਾਲ 41,000 ਪਹਿਲਾਂ ਨਾ ਮੇਰੇ ਵੱਲੋਂ ਚਾਰ ਸੌ ਦੀ ਚੱਲੀ ਜਾਂਦੀ ਹੈ ਸਪੀਡ ਇੱਧਰ ਤਾਂ ਮੇਰੇ ਬਹੁਤ ਵਧੀਆ ਚੱਲੀ ਜਾਂਦਾ ਦੀਪ ਬੜਾ ਹਰ ਕਰੇਗਾ ਹਰਦੀਪ ਸਾਡਾ ਵੀਰ ਉਹ ਕਹਿੰਦਾ ਵੀ ਅਗਲੇ ਸਾਲ ਤੀਜਾ ਦੇ ਤੀਜਾ ਪ੍ਰਾਈਜ਼ ਹੈ ਬਲੋਟ ਨਹੀਂ ਆਈ ਵੀਰੇ ਬਲੋਟ ਨਹੀਂ ਆਈ ਜੀ ਜਿੰਨਾ ਵੀ ਰੱਖਣਗੇ ਭਰਾ ਸਾਡੇ ਉਹ ਕਹਿੰਦਾ ਵੀ ਆਪਾਂ ਦੇ ਦੇਵਾਂਗੇ ਦੀਪ ਬਰਾਹਰ ਕਨੇਡਾ ਕਰ ਦੋ 200 ਬੰਦਾ ਓਏ ਬਾੜ ਓਏ ਰਵੀ ਬਾਤਰ ਗੜੀਆ ਅੱਗ ਗੱਡੀ ਤੁਰੇ ਆਉਂਦਾ ਅੱਗ ਭੇਜੋਗਾ ਅੱਗ ਅੱਗ ਆਉਣ ਦੋ ਖਿੜਕੀ ਨੂੰ ਕਿਹਨੂੰ ਵਧੀਆ ਲੱਗਦੀ ਆ ਇੱਕ ਵਾਰੀ ਤਾੜੀ ਤੇ ਮਾਰੇ ਜ਼ੋਰ ਦੇਣੇ ਆਹ ਗੱਲਾਂ ਕਹਿੰਦੇ ਵੱਟੀਆਂ ਨੇ ਇਹ ਮੁੰਡਾ ਕਹਿੰਦੇ ਬਹਾਦਰ ਗੜੀਆ ਡਿਊਟੀ ਤੇ ਚੇਂਜ ਹੋ ਗਈ ਤੇ ਦੀਦੀ ਫੇਰ ਚੇਂਜ ਕਰਾ ਲਈ ਰਵੀ ਤੇ ਰਵੀਆ ਆਹ ਗੱਲਾਂ ਕਹਿੰਦੇ ਫੇਰ ਵਾਲੀ ਦਾ ਯਾਰ ਉਹ ਮੈਂ ਨਾ ਕਮੈਂਟ ਵਾਲੇ ਲੰਘੇ ਜਾਂਦੇ ਆ ਚਰਦੇ ਸਪੋਰਟ ਜਿਹੜਾ ਐਪ ਆ ਹੁਣ ਪਹਿਲਾਂ ਮਿਨੀਮਾਈਜ਼ ਕਰਨਾ ਪੈਂਦਾ ਲਾਈਵ ਫੇਰ ਪੁਆਇੰਟ ਵਧਾਉਣਾ ਪੈਂਦਾ ਸਵਾਲ ਵੱਖਰਾ ਹੋਊਗਾ ਆਹ ਮੁੰਡੇ ਕਹਿੰਦੇ ਬਰਸਿਕਰੀ ਵਾਲੇ ਵੀ ਫਿੱਟ ਨੇ ਕਰੇ ਉਹ ਰਵੀ ਦੇ ਫੈਨ ਕਿਹੜੇ ਕਿਹੜੇ ਬੈਠੇ ਆ ਲਾਈਵ ਚ ਰਵੀ ਦੇ ਫੈਨ ਕਰੋ ਕਰਾਂ ਯਾਰ ਕਮੈਂਟ ਕਰਾਂ ਲੈ ਵੀ ਥੋੜਾ ਥੋੜਾ ਲੈਣ ਤੋਂ ਪਿੱਛੇ ਹੋ ਜਾਓ ਮੇਰਾ ਵੀਰ ਥੋੜਾ ਥੋੜਾ ਲੈਣ ਤੋਂ ਪਛਾਣ ਹਟ ਜਾਓ ਆਹ ਗੱਲ ਤੇ ਵੱਡੀ ਬੜੀ ਹੋਈ ਆ ਬਾਲ ਤੇ ਬਹਿੰਦੇ ਤੁਰੇ ਜਾਂਦੇ ਮੁੰਡੇ ਬਾਲ ਤੇ ਬਹਿੰਦੇ ਤੁਰੇ ਜਾਂਦੇ ਦੰਦ ਗੜੀਆ ਮੈਨੂੰ ਲੱਗ ਰਿਹਾ ਚੰਡੀਗੜ੍ਹ ਦਾ ਟੂਰ ਫੇਰ ਲਾਉਣਾ ਹੈ ਆਹ ਗੱਲਾਂ ਹੋਣ ਗਿਆ ਤੋੜ ਖੋ ਕੇ ਪੱਟੀ ਪੁੱਟੀ ਲੈ ਵੀ ਕਿੱਸਾ ਦੰਦ ਗੜੀਆ ਵੀ ਠੁੱਲੀ ਵਾਲੀ ਆ ਤੇ ਅੰਗਰੇਜ਼ ਖੜਾ ਸਾਡੇ ਵੱਲੋਂ ਅਗਲੇ ਸਾਲ ਚੌਥਾ ਪ੍ਰਾਈਜ ਉਹ ਮਨੀ ਬਲੀ ਵੱਲ ਹੋਵੇਗਾ ਲਵੀ ਸੋਨੀ ਹੋ ਗਿਆ ਪਹਿਲੀ ਠੀਕ ਹੈ ਵੀਰੇ ਬੁਲਾ ਦਿੰਦੇ ਲੰਬੜਦਾਰ ਲੰਬੜਦਾਰ ਅਗਲੇ ਸਾਲ ਵੀ ਆਪਾਂ ਵੱਡੇ ਪ੍ਰਾਈਜ਼ ਦੇਵਾਂਗੇ ਸਾਰੇ ਮੇਰੇ ਖਿਆਲ ਨਾਲ ਤੀਜਾ ਪ੍ਰਾਈਜ਼ ਭਰਾ ਸਾਡੇ ਵੱਡੀਓ ਬਹੁਤ ਬਹੁਤ ਧੰਨਵਾਦ ਹੈ ਹਾਂ ਲੱਡੀ ਰਵੀ ਪੂਨੀਆ ਕਹਿੰਦਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨਾਮ ਮੇਰੇ ਵੱਲੋਂ ਰਵੀ ਪੂਨੀਆ ਸਾਡਾ ਵੀ ਉਹ ਕਹਿੰਦਾ ਨਵੀਂ ਮਾਸਟਰ ਦੀ ਹਲੀ ਪਈ ਰਵੀ ਪੂਨੀਆ ਕਹਿੰਦਾ ਪੰਜਵੇਂ ਦੇ ਲੈ ਕੇ ਅੱਠਵਾਂ ਪ੍ਰਾਈਜ਼ ਮੇਰਾ ਵੱਲੋਂ ਹੋਵੇਗਾ ਬਹੁਤ ਬਹੁਤ ਧੰਨਵਾਦ ਹੈ ਇੱਧਰ ਮਾਸਟਰ ਰਾਜਗੜ ਜੀ ਨੇ ਮੇਰੀ ਬੇਨਤੀ ਆ ਵੀ ਸਰਦਾਰ ਕੁਲਦੀਪ ਸਿੰਘ ਕਰਦੇ ਆ ਜ਼ਰੂਰ ਸੰਪਰਕ ਕਰਾਂਗੇ ਇਧਰ ਕਰਨਾ ਕੀ ਹਸਪਤਾਲ ਚੱਲੀ ਆਉਂਦਾ ਵੀਰ ਸੋਨੀ ਇਧਰ ਲਾਸਟ
ਪੁਆਇੰਟ ਪੁੱਛ ਲੈਣ ਦੋ ਵੀਰੇ, ਪਹਿਲਾਂ ਫੇਰ ਸਕੀਮ ਬੋਲਾਂਗੇ, ਪਹਿਲਾਂ ਪੁਆਇੰਟ ਪੁੱਛ ਲੈਣ ਦੋ ਯਾਰ। ਗਰਾਊਂਡ ਨੰਬਰ 2 ਦੇ ਵਿੱਚ ਵੀ ਤੇ 3 ਨੰਬਰ ਗਰਾਊਂਡ ਦੇ ਵਿੱਚ ਗੋਰਾਂ ਦੀ ਟੀਮ ਭਾਈ ਗੁਰਦੀਪ ਵਰਗੇ ਖੇਡਦੇ ਆ, ਔਰ ਲਾਡੀ ਵਰਗੇ ਭਰਾ ਨੇ ਸਾਡੇ ਨਾਲ। ਮੈਂ ਵੇਖਦਾ ਵੀ ਖੇੜੀ ਦੀ ਟੀਮ ਦੇ ਲਈ ਦੋ ਵੱਡੇ ਮੱਲ ਆਏ ਹੋਏ ਆ ਮੇਰੇ ਮਿੱਤਰੋ। ਮੇਰੇ ਅੰਗਰੇਜ਼ ਦਾ ਮੈਚ ਹੀ ਆ, ਕੈਮਰੇ ਦੇ ਸਾਹਮਣੇ ਅੰਗਰੇਜ਼ ਹੀ ਆ। ਵੀਰਪੁਰ ਦੀ ਧਰਤੀ ਦਾ ਮੁੰਡਾ ਜਾਲਦਾਰਾਂ ਦਾ, ਨਾਲ ਮੇਰੇ ਮਿੱਤਰੋ ਪ੍ਰੀਤ ਖੇਡਦਾ ਤੇ ਪੁਰਨਾਲੇ ਵਾਲੇ ਘੁੱਗੀ ਦਾ ਮਾਰ ਕੇ ਵੱਡਾ ਕੀਤਾ ਜਾਣਾ ਮੇਰੇ ਮਿੱਤਰਾ। ਔਰ ਸਾਹਮਣੇ ਮੈਂ ਵੇਖਦਾ ਵੀ ਮਹਿਲਪੁਰ ਦੇ ਵੱਡੇ ਕੈਂਪ ਦੇ ਭਾਈ ਲਾਲੀ ਵਰਗੇ, ਭਾਈ ਰਾਮਪਾਲ ਵਰਗੇ ਖੇਡਦੇ ਆ। ਕਰਨੇ ਕੌਣ ਜਿੱਤ ਗਏ ਤੂੰ? ਪੁਆਇੰਟ ਪੁਸੀ, ਪੁਆਇੰਟ ਪੁਸੀ, ਪੁਆਇੰਟ। ਓਕੇ ਜੀ, ਓਕੇ ਭਾਈ ਜੀ, ਨੋਟ ਕਰਿਆ, ਰਾਮ ਕੋਟੀਏ ਮੁੰਡੇ ਜਿੱਤ ਗਏ ਆ। ਆਓ ਜੀ ਭੋਠੋ ਵਾਲੀ ਤੇ ਡਾਕਟਰ ਸੁਣੋ, ਬਾਰੇ ਕਹਿੰਦਾ ਮੈਚ ਨਹੀਂ ਆ ਜਾਏਗਾ। 6-4 ਭਰਾ ਸਾਡਾ ਕਹਿੰਦੇ ਦਿਲਪ੍ਰੀਤ ਮਾਨ ਕਨੇਡਾ ਚੇਚੇ ਤੌਰ ਤੇ ਆਇਆ ਹੋਇਆ ਬਹੋਲੀ ਸਨਮਾਨ ਜਿਹੜਾ ਅੱਜ ਵੱਡੇ ਪਾਲ ਮਿੱਤਰ ਦੇ ਨਾਲ ਵੱਡੇ ਕੱਪ ਦੇ ਨਾਲ ਯਾਰੀਆਂ ਗਰੁੱਪ ਵਾਲੇ ਭਰਾਵਾਂ ਦੇ ਵੱਲੋਂ ਉਹ ਕੀਤਾ ਜਾਣਾ, ਕਿਉਂਕਿ ਯਾਰੀਆਂ ਪਵਾਉਂਦਾ ਕਲਦੀਪ ਭਰਾ ਦੀ ਚਨੇਰ ਜਲਦੀ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਆਉਣਗੇ ਜੀ। ਫਿਰ ਮਾਨ ਦਾ ਸਨਮਾਨ, ਸ਼ੇਰੂ ਆਇਆ ਜੀ, ਸ਼ੇਰੂ ਆਇਆ, ਸ਼ੇਰੂ ਅੱਜ ਖੇਡਦਾ ਚੈਣੇ ਵਾਲੇ ਦਾ। ਬਲਵੰਤ ਉੱਪਰ ਬੱਸੀਆਂ, ਬਲਵੰਤ ਭਾਈ ਆਇਓ ਗਰਾਊਂਡ ਤੇ ਜਲਦੀ ਨਾਲ। ਲਵੀ ਜਲਦੀ ਨਾਲ ਬਾਈ ਸੱਤਾ ਸਰਾਜ ਭਰਾ ਸੱਤੇ ਬਾਈ ਆਇਓ ਗਰਾਊਂਡ ਦੇ। ਬਲਵੰਤ ਉੱਪਰ ਬੱਸੀਆਂ ਜੀ, ਕੁਲਦੀਪ ਭਰਾ ਜੀ, ਹਰਪ੍ਰੀਤ ਜਹੋਲ ਸਾਡਾ ਵੀਰ, ਦੂਜਾ ਰਾਊਂਡ ਆਈ, ਦੂਜਾ ਰਾਊਂਡ ਭਰਾ ਜਿਹੜੇ ਆ ਜਾਣਗੇ ਪ੍ਰਧਾਨ ਜੀ ਆ ਜੀ ਜੀ, ਆਪਾਂ ਸ਼ੇਅਰ ਕਰ ਦੋ ਜੀ, ਹੈਗਾ ਸ਼ੇਅਰ ਕਰ ਦੋ ਸਾਰੇ ਜਣੇ ਯਾਰ। ਚੈਣੇ ਵਾਲ ਬਰੇ ਅਜੇ ਬੋਲਣ ਨਹੀਂ ਹੈਗਾ ਮੈਚ ਚੈਣੇ ਵਾਲ ਦਾ। ਨਵੀਂ ਪਰਮ ਖਿੱਚਦੇ ਫੋਟੋਆਂ, ਬਹੁਤ ਬਹੁਤ ਮੁਬਾਰਕਾਂ ਨੇ ਬਾਈ ਦਲਪ੍ਰੀਤ ਮਾਨ ਕਨੇਡਾ ਮੋਹਰੀ ਖੁਰਦ ਭਰਾ ਹੈ ਸਾਡਾ। ਚੰਗੇ ਮਾੜੇ ਪਿੰਡ ਹਰ ਇੱਕ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਵਾਲੀਬਾਲ ਦੇ ਵਿੱਚ, ਇੱਕ ਵਧੀਆ ਇਨਸਾਨ, ਇੱਕ ਵਧੀਆ ਪ੍ਰਮੋਟਰ ਦਲਪ੍ਰੀਤ ਮਾਨ ਕਨੇਡਾ ਨੂੰ ਬਹੁਤ ਬਹੁਤ ਮੁਬਾਰਕਾਂ। ਓ ਬਾਲ ਅੜੀ, ਬਹੁਤ ਘੈਂਟ ਬਾਲ ਲਾਈ ਆ। ਨਵੀਂ ਗਰਮੀ ਮਨ ਬਹੁਤ ਬਹੁਤ ਧੰਨਵਾਦ, ਨਾਲ ਅਰਮਾਨ ਹੈ ਭਰਾ ਸਾਡਾ, ਕਹਿੰਦੇ ਗੱਲਾਂ ਗੱਲੇ ਉਹਦੀਆਂ ਹੁੰਦੀਆਂ ਨੇ, ਚਰਜੇ ਬੰਦੇ ਨਾਲ ਬਾਵੀ ਆਇਆ ਹੋਇਆ, ਬਹੁਤ ਬਹੁਤ ਧੰਨਵਾਦ ਭਰਾ ਸਾਡਾ ਦਾ। ਮੈਚ ਤਗੜਾ, ਮੈਚ ਨਾਲ ਜੁੜੀਏ, ਬੜੇ ਟੌਪ ਦਾ ਮੈਚ ਬਾਈ, 2 ਨੰਬਰ ਗਰਾਊਂਡ ਦਾ ਮੈਚ ਸ਼ੁਰੂ ਕਰਾ ਦੇ ਰਹੀ, 2 ਨੰਬਰ ਗਰਾਊਂਡ ਦਾ ਮੈਚ ਸ਼ੁਰੂ ਕਰਾ ਦੇ ਰਹੀ, ਮੁੰਡੇ ਭੋਜੋਲੀ ਵਾਲੇ ਆ ਗਏ।
ਤੇ ਨਾਲ ਸੁਭਾਅ ਦੀ ਟੀਮ ਵੀ ਆ ਗਈ ਹੈ। ਬਹੁਤ ਤਗੜਾ ਮੈਚ ਖੇਡਿਆ ਜਾਣਾ ਜੀ। ਹਾਊ ਕਰਦੇ ਕਹਿੰਦੇ ਬੱਚੇ ਖੁੱਲ ਗਏ। ਮੈਂ ਕਹਿੰਦਾ ਵੀ ਡਬਲ ਤੋਂ ਮਰੀ ਹੈ ਇਡਰੀ ਵਾਲਾ ਭਰਾ ਸਾਡਾ, ਉਹ ਕਹਿੰਦੇ ਵੀ ਪ੍ਰਾਈਜ਼ ਤੇ ਮੇਰੇ ਖਿਆਲ ਸਾਰੇ ਹੋ ਗਏ। ਚੌਥਾ ਨਾਮ ਜਿਹੜਾ ਮੱਟ ਜੀ, ਮੱਟ ਜੀ ਅਗਲੇ ਸਾਲ ਚੌਥਾ ਨਾਮ ਗੁਰਜੀਤ ਮਾਨ ਭਰਾਵਾਂ ਦੀ ਹੈ। ਬਹੁਤ ਬਹੁਤ ਧੰਨਵਾਦ ਹੈ। ਤੇ ਬੈਸਟ ਖਿਡਾਰੀਆਂ ਦੇ ਲਈ ਮਨੀ ਇਟਲੀ, ਉਹ ਭਰਾ ਸਾਡਾ ਕਹਿੰਦਾ ਲੈ ਲਈ ਫਰੀ, ਅਗਲੇ ਸਾਲ 7,000 ਰੁਪਇਆ ਹੋਵੇਗਾ ਮੇਰੇ ਵੀਰੋ। ਬਹੁਤ ਬਹੁਤ ਧੰਨਵਾਦ ਬਾਈ, ਸ਼ੇਅਰ ਕਰ ਦੋ ਯਾਰ ਇੱਕ ਇੱਕ ਸਾਰੇ ਨੇ ਗਰੁੱਪ ਨੂੰ। ਬਹੁਤ ਬਹੁਤ ਧੰਨਵਾਦ ਮੈਚ ਚੋਟੀ ਦੇ ਮੇਰੇ ਵੀਰੋ। ਆਹ ਟੱਕਰ ਬੜੀ 25 ਤੱਕ ਕਹਿਣ ਵੀ ਲੈਂਦੀ ਨੰਬਰ ਦੇ ਅਸੀਂ ਕਿੰਨੇ ਕਿੰਨੇ ਹੋਵੇ ਇੱਕ ਵਾਰੀ ਪੰਡਤ ਜੀ ਪੈਂਟ ਕਿੰਨੇ ਆ ਕੱਚੇ ਪੈਰੀ ਛਿੰਦੇ ਮੁਰਦਾ ਜੀ ਜਦੋਂ ਆਵੇ ਲਵੀ ਗੱਲਾਂ ਤੇ ਕਦੇ ਲਵੀ ਪਰ ਮੈਂ ਸਰੀ ਵੀ ਕਰਵਾ ਕੇ ਜਾਂਦਾ ਹਾਂ। ਗੱਲਾਂ ਥੋੜੀ ਵਾਲੇ ਮੈਚ ਦੀਆਂ ਬੜਾ ਟੌਪ ਦਾ ਮੈਚ ਕਹਿੰਦੇ ਖੇਡੇ ਰਹਿਣਾ ਮੇਰੇ ਵੀਰੋ। ਰਹਿੰਦੇ ਖਿਡਾਰੀ ਆ ਦੋ ਵੀਰੇ, ਦੋ ਨੰਬਰ ਗਰਾਊਂਡ ਦੀਆਂ ਟੀਮਾਂ ਨੇ ਰਹਿੰਦੇ ਖਿਡਾਰੀ ਆਓ ਜੀ। ਵਿੱਕੀ ਮੰਡੀ ਕਲਾ ਤੇ ਨਾਲ ਮੁੰਡੇ ਉਡੀਕ ਰਿਹਾ ਦੋ ਨੰਬਰ ਗਰਾਊਂਡ ਦੇ ਵਿੱਚ। ਰਵੀ ਟੇਟਾ ਕਰ ਲਿਆ ਮੇਰੇ ਹੀਰੋ ਭਾਈ ਜੀ, ਮੇਰੀ ਬੇਨਤੀ ਆ ਗਰਾਊਂਡ ਨੰਬਰ 2 ਦੀਆਂ ਟੀਮਾਂ ਜਲਦੀ ਤੋਂ ਪਹਿਲਾਂ ਮੈਚ ਨੂੰ ਆਪਾਂ ਸ਼ੁਰੂ ਕਰੀਏ। ਮੈਚ ਬੋਲਿਆ ਨੀ ਹੈਗਾ ਹਲੇ ਵੀ ਭਾਈ, ਸਾਡੀ ਆਸਟ੍ਰੇਲੀਆ ਦੀ ਮਾੜਾ ਜਿਹਾ ਆਪਾਂ ਕਰੀਏ। ਮਾਰੇ ਕਹਿੰਦਾ ਮੈਚ ਯੂਪੀ ਫਤਿਹਪੁਰ ਨਾਲ, ਬਹੁਤ ਟੌਪ ਦਾ ਮੈਚ ਖੇਡਿਆ ਜਾਣਾ ਨੌਜਵਾਨਾਂ ਵੱਡੀਆਂ ਟੀਮਾਂ ਦੇ ਕਹਿੰਦੇ ਵੱਡੇ ਮੇਰੇ ਮਿੱਤਰੋ ਖਿਡਾਰੀ ਤੇ ਵੱਡੇ ਮੱਲਾਂ ਦੀ ਐਂਟਰੀ ਹੋਊ ਜ਼ਰੂਰ। ਆਓ ਗਰਾਊਂਡ ਨੰਬਰ 2 ਦੇ ਅੰਦਰ ਆਓ, ਚਰਚੇ ਕਹਿੰਦੇ ਵੱਡੇ ਆ ਪਰ ਇੱਕ ਦੇ ਕਹਿੰਦੇ ਭਾਰੀ ਇਕੱਠ ਹੈ। ਤਾਜਪੁਰੀਆ ਯਾਰਾਂ ਦਾ ਯਾਰਾਂ ਕਹਿੰਦੇ ਜੂਤਾਂ ਵੀ ਲਾਈ ਹੈ, ਕਦੇ ਸੁਣਦੇ ਬੜੇ ਵਧੀਆ ਗੱਲਾਂ। ਉਧਰ ਜੋਗੀਆਂ ਦੀ ਟੀਮ ਦਾ ਭਾਈ ਸ਼ੇਅਰ ਨੀ ਕਰਦੇ ਕਿੰਨਾ ਤਗੜਾ ਮੈਚ ਲੱਗਿਆ ਹੋਇਆ ਯਾਰ, ਇੱਕ ਸ਼ੇਅਰ ਮਾਰ ਦੋ ਸਾਰੇ ਨੇ। ਆਓ ਜੀ ਮੇਰੀ ਬੇਨਤੀ ਆ ਭਰਾ ਬਣ ਕੇ ਵੀਰੇ ਪੁਆਇੰਟ ਈ 24 6 6 ਈ 24 ਇੱਕ ਮਿੰਟ ਮੇਰਾ ਵੀਰ ਚਰਜੇ ਵੱਡੇ ਆ ਲੈ ਵੀ ਜਦੋਂ ਹੁਣ ਸਰਵਿਸ ਹੋਊ ਉਦੋਂ ਮੈਂ ਪ੍ਰਧਾਨੀ ਬਾਲ ਰੋਕ ਲਾਂਗੇ ਜੀ। ਬਹੁਤ ਬੜਾ ਧੰਨਵਾਦ ਹੈ। ਹਾਂ ਲੈ ਵੀ ਦੋ ਰੁਪਏ ਕਰਾਉਣ ਦਾ ਵੀ ਮੈਂ ਜਿਹੜਾ ਲੈ ਵੀ ਦਰਸ਼ ਮੇਰੇ ਪੱਲੋ ਵਾਲੇ ਨੂੰ ਕਿੰਨਾ ਕੁ ਪਿਆਰ ਕਰਦੇ ਹੋ, ਗੋਪਾ ਵੀ ਆ ਗਿਆ ਗੋਰੀ ਤਾੜੀਆਂ ਮਾਰਦੇ ਜੋਰ ਦੇ ਮੇਰੇ ਹੀਰੋ। ਹਾਂ ਪੱਲੋ ਵਾਲਾ ਕਹਿੰਦੇ ਗੋਪਾ ਵੀ ਆ ਗਿਆ ਚਰਦੇ ਵੱਡੇ ਸਿਮਰ ਸਰਪੰਚ ਕਾਹਲੀ ਕਰਦੇ ਥੋੜੀ ਜੀ ਚਰਦੇ ਵੱਡੇ ਹੋਣਗੇ। ਲੈ ਵੀ ਜਦੋਂ ਇੱਧਰ ਸਰਵਿਸ ਬਾਲ ਡਿੱਗ ਗਈ ਬਾਲ ਰੋਕ ਲਿਓ ਜੱਸੇ, ਜੱਸੇ ਇੱਕ ਮਿੰਟ ਦੀ ਬਾਲ ਰੋਕ ਲਿਓ ਜੱਸਾ ਰੈਸਰ ਜੀ, ਰਵੀ ਦੋ ਮਿੰਟ ਲਈ ਬਾਲ ਰੋਕ ਲਿਓ, ਕੋਚ ਦਾ ਸਨਮਾਨ ਕਰਨਾ ਜਿਹਦਾ ਭਰਾ ਕਹਿੰਦੇ ਆ ਮੋਟਰਸਾਈਕਲ ਲਿਆਓ ਜੀ ਗਰਾਊਂਡ ਦੇ ਵਿੱਚ ਰਵੀ ਆ ਜਾਓ ਮੇਰਾ ਵੀਰ, ਬਸ ਦੋ ਮਿੰਟ ਦੀ ਜੱਸੇ ਰਵੀ ਆ ਜਾਓ ਮੇਰਾ ਵੀਰ ਸਾਰੇ ਜਾਣੇ
ਕੋਚ ਦਾ ਸਨਮਾਨ ਆਈ ਕੋਚ ਦਾ ਕੋਚ ਨੂੰ ਦਿਓ ਵਧਾਈਆਂ ਵੀਰੇ ਸਾਰੇ ਜਾਣੇ ਕਹਿੰਦਾ ਕੋਚ ਨੂੰ ਵਧਾਈਆਂ ਦਵੋ ਸਮਾਪਤੀ ਦੇ ਵੱਲ ਆਓ ਜੀ ਲਾਗੇ ਆ ਜਾਣਗੇ ਸਾਰੇ ਜਣੇ ਵਧਾਈਆਂ ਦਿਓ ਵੀਰੇ ਕੋਚ ਨੂੰ ਸਾਰੇ ਜਣੇ ਵਧਾਈਆਂ ਅੱਜ ਬਿਮਾਰ ਹੋਣ ਕਾਰਨ ਕੋਚ ਖੇਡਿਆ ਨੀ ਹੈਗਾ ਵੀਰੇ ਬਿਮਾਰ ਸੀਗਾ ਕੋਚ ਬਿਮਾਰ ਸੀਗਾ ਕੱਲ ਪਰਸੋਂ ਦਾ ਬਿਮਾਰ ਆ ਯਾਰ ਕੋਚ ਜਿਹੜੇ ਜਿਹੜੇ ਕੋਚ ਨੂੰ ਪਿਆਰ ਕਰਦੇ ਆ ਵਧਾਈਆਂ ਜ਼ਰੂਰ ਦਿਓ ਯਾਰ ਕੋਚ ਕਿੱਥੇ ਆ ਮੈਂ ਲੈ ਜਾਂਦਾ ਫਿਰ ਪਿੰਡੋਂ ਲਿਆ ਉਹ ਕੋਚ ਆ ਗਿਆ ਜੋਧਪੁਰੀਆ ਪ੍ਰਧਾਨ ਸਾਹਿਬ ਕੋਚ ਆ ਗਿਆ ਕੋਚ ਆ ਗਿਆ ਬਿਮਾਰ ਚੱਲੀ ਆ ਬਾਈ ਕੋਚ ਹੈਲੋ ਅਸੀਂ ਸਮੁੱਚੀ ਵਾਲੀਬਾਲ ਕਮੇਟੀ ਪਿੰਡ ਜਲਾਲ ਦੀਵਾਲ ਸਾਡੇ ਐਨ ਆਰ ਆਈ ਵੀ ਸਤਿਕਾਰਯੋਗ ਸਰਪੰਚ ਸਾਹਿਬ ਜੱਗਾ ਜੀ ਉਹਨਾਂ ਵੱਲੋਂ ਸਾਡੇ ਵਾਲੀਬਾਲ ਦੇ ਪ੍ਰਧਾਨ ਕੁਲਦੀਪ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਦੋਂ ਇੱਥੇ ਪਹੁੰਚੇ ਇੱਕ ਉਹਨਾਂ ਦਾ ਅਸੀਂ ਰਿਲੀ ਰਹਾਂਗੇ ਜਿਹਨਾਂ ਨੇ ਕੁਝ ਪਲੇਅਰਾਂ ਦੀਆਂ ਗਲਤੀਆਂ ਕੁਲਦੀਪ ਪ੍ਰਧਾਨ ਜੀ ਜ਼ੋਰਦਾਰ ਤਾੜੀਆਂ ਉਹਨਾਂ ਲਈ ਜੀ ਧੰਨਵਾਦ ਧੰਨਵਾਦ ਜਿਹੜੇ ਸਾਰੇ ਵੀਰ ਕੋਚ ਜੋਧਪੁਰ ਨੂੰ ਵਧਾਈਆਂ ਦੇ ਰਹੇ ਜਿੰਨੇ ਵੀ ਖਿਡਾਰੀ ਆਏ ਨੇ ਇੱਥੇ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਅੱਜ ਕਿਸਾਨ ਯੂਨੀਅਨ ਦੇ ਜੋ ਧਰਨੇ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਵੀ ਲੰਘਦੇ ਹੋਏ ਸਾਰੇ ਸਾਡੇ ਵੀਰ ਇੱਥੇ ਕਲੱਬ ਵਾਲੇ ਜਿੰਨੇ ਵੀ ਪਿਆਰ ਦੇ ਨਾਲ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਸਾਰੇ ਖਿਡਾਰੀ ਇੱਥੇ ਪਹੁੰਚੇ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਿੰਡ ਦੀ ਕਮੇਟੀ ਵੱਲੋਂ ਸਾਡੇ ਵੀਰ ਜਿਨ੍ਹਾਂ ਨੇ ਟੂਰਨਾਮੈਂਟ ਕਰਵਾਇਆ ਹਨੀ ਆਸਟ੍ਰੇਲੀਆ ਬਿੱਲਾ ਆਸਟ੍ਰੇਲੀਆ ਜਸਵੀਰ ਭੰਗੇਰ ਆਸਟ੍ਰੇਲੀਆ ਹੁਸੈਨ ਪਾਕਿਸਤਾਨ ਦੇਖੋ ਇਹ ਜਿਹੜੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਪਾਕਿਸਤਾਨ ਦੇ ਵਿੱਚ ਵੀ ਫੈਨ ਬੈਠਿਆ ਵਾਲੀਬਾਲ ਦੇ ਜਿਹਨਾਂ ਨੇ ਇਹਨਾਂ ਦੇ ਨਾਲ ਸਾਡੇ ਵੀਰ ਹਰਿਓ ਦੇ ਨਾਲ ਸਹਿਯੋਗ ਦਿੱਤਾ ਹੁਸੈਨ ਪਾਕਿਸਤਾਨ
ਤੇ ਗੁਰਿੰਦਰ ਜਲਾਲ ਜੀ ਆ ਸਾਡਾ ਵੀਰ ਪਰਵਿੰਦਰ ਮਾਸਟਰ ਜੀ ਰਾਜਗੜ੍ਹ ਜਿਹੜੇ ਹੋਈ ਪਹਿਲਾਂ ਬੋਲ ਕੇ ਹੱਟੇ ਨੇ ਬਾਰੇ ਕਹਿੰਦਾ ਮੈਚ ਹੈਗਾ ਵੀਰੇ ਯੂਪੀ ਫਤਿਹਪੁਰ ਨਾਲ ਹਾਂਜੀ ਹਾਂਜੀ ਰਵੀ ਵੀਰੇ ਇਹਨਾਂ ਦੇ ਫਾਦਰ ਨੂੰ ਬਹੁਤ ਬਹੁਤ ਮੁਬਾਰਕਾਂ ਸਰਪੰਚ ਜੱਗਾ ਜਲਾਲ ਦੀਵਾਲ ਜੀ ਬੂਟਾ ਸਿੰਘ ਜੀ ਸੰਧੂ ਹਰਪ੍ਰੀਤ ਜਲਾਲ ਦੀਵਾਲ ਗੁਰਪ੍ਰੀਤ ਸਿੰਘ ਜਲਾਲ ਦੀਵਾਲ ਸਟੂਡੀਓ ਨਹੀਂ ਭਾਈ ਇੱਕ ਨੰਬਰ ਗਰਾਊਂਡ ਹੀ ਹੈ ਜੱਸੇ ਰਹਿ ਸਰ ਕਾ ਮੈਚ ਚੱਲ ਰਿਹਾ ਬਦਸੀਕ ਕਰੀ ਗਿਆ ਆਸਟ੍ਰੇਲੀਆ ਦੇ ਵਿੱਚ ਬੁਲਾਉਂਦੇ ਆਪਣੇ ਖਿਡਾਰੀਆਂ ਨੂੰ 10 ਮਾਰਚ ਦਾ ਹੁਣ ਵੀ ਉੱਥੇ ਜਿਹੜਾ ਟੂਰਨਾਮੈਂਟ ਹੈ ਦੇਖੋ ਦੋਸਤੋ ਗੱਲ ਇਹ ਹੈ ਜਿੰਨੀ ਆਪਣੀ ਵਾਲੀਬਾਲ ਕੱਚੀ ਨੇ ਤਰੱਕੀ ਕੀਤੀ ਆ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਖਿਡਾਰੀਆਂ ਦਾ ਖਿਡਾਰੀ ਸਾਥ ਦਿੰਦੇ ਆ ਬਹੁਤ ਜ਼ਿਆਦਾ ਜਿਸ ਕਰਕੇ ਇਹਨਾਂ ਟੂਰਨਾਮੈਂਟ ਵਧੀਆ ਹੋਈ ਜਾਂਦੇ ਆ ਹਰ ਵਾਰ ਕਿਉਂਕਿ ਦਿਨ ਅੱਗੇ ਟੂਰਨਾਮੈਂਟ ਹੁੰਦੇ ਸੀਗੇ 7,111,000 ਇੱਥੇ ਵਾਲੀਬਾਲ ਆਪਣੀ ਗੇਮ ਹੋਈ ਸੀ ਪਰ ਸਾਨੂੰ ਹੁਣ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਰਵਾਉਂਦੇ ਵੀਰੇ ਸਾਡੇ ਵੀਰ ਸਹੀ ਹੋਣੀ ਰਵੀ ਹੋਣੀ ਜੱਸੇ ਦਾ ਮੈਚ ਹੀ ਆ ਬਾਈ ਇਹ ਲਾਈਵ ਤੇ ਜੱਸੇ ਦਾ ਮੈਚ ਹੀ ਆ ਸਨਮਾਨ ਦੇ ਬਾਅਦ ਜੱਸੇ ਦਾ ਮੈਚ ਹੀ ਚੱਲਣਾ ਜੀ ਗੁਜਰਾਂ ਮੁੰਡੇ ਹੈਗੇ ਆ ਜੀ ਯੂਥ ਦਾ ਪਿਆਰ ਕਰਦੇ ਆ ਜਿਹੜੀ ਵੀ ਗੱਲਬਾਤ ਹੁੰਦੀ ਆ ਸਪੋਰਟਸ ਦੇ ਵਿੱਚ ਪਹਿਲਾਂ ਗਰਾਊਂਡਾਂ ਨੂੰ ਪਹਿਲਾਂ ਪਹਿਲ ਦਿੱਤੀ ਗਈ ਆ ਸਪੋਰਟਸ ਮੰਤਰੀ ਮੀਤ ਹੋਇਆ ਨੇ ਔਰ ਸਾਡੇ ਇਹ ਵੀ ਖੁਸ਼ੀ ਦੀ ਗੱਲ ਆ ਕਿ ਸਾਡੇ ਸੀਐਮ ਸਾਹਿਬ ਇਹ ਗੇਮ ਨੂੰ ਖੇਡਦੇ ਆ ਲਾਈਵ 4 ਆ ਜੀ ਅੱਜ ਜੱਸਾ ਨਹੀਂ ਜਿੱਤੇ ਜੀ ਹਲੇ ਹਲੇ ਮੈਚ ਰਹਿੰਦਾ ਹੈਗਾ ਸਨਮਾਨ ਤੋਂ ਬਾਅਦ ਮੈਚ ਚੱਲੂ ਮਾਲਵਾ ਬੈਲਟ ਵਾਲੀਬਾਲ ਆਨਲਾਈਨ ਵਾਲੀਬਾਲ ਪਲੇਅਰ ਪੀ 20 ਪੰਜਾਬ ਵਾਲੀਬਾਲ ਟੂਰਨਾਮੈਂਟ ਆਉਣਾ ਆਪਣੇ ਸਟਾਰ ਖਿਡਾਰੀ ਜੱਸੇ ਵੀਰ ਦੇ ਉਹ ਵੀ ਸਾਰਾ ਕੰਮ ਲੱਗਿਆ ਸੀ ਅੱਜ ਇੱਥੇ ਮੈਂ ਡੈਰੀ ਨਾਲ ਲਿਆਂਦਿਆਂ ਲਿਖਣ ਲੱਗਿਆ ਪੋਸਟ ਸਾਰੀ ਬਹੁਤ ਵਧੀਆ ਚੰਗਾ ਟੂਰਨਾਮੈਂਟ ਹੋਣਾ ਤਾਂ ਕਿ ਸਾਰੀਆਂ ਟੀਮਾਂ ਦਾ ਟਾਈਮ ਨਾਲ ਨਿਬੜ ਦੇ ਕੰਮ ਸਾਰੇ ਨੂੰ ਗੇਮ ਮਾਟਰ ਜੀ ਖੁੱਲੇ ਹੋ ਜੋ ਤੁਸੀਂ ਰੱਖ ਲਿਆ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲੈ ਨੰਬਰਦਾਰ ਜੀ
ਠੀਕ ਹੈ ਵਾਹੀ ਵਾਹ ਉਧਰੋਂ ਸਾਡੇ ਦਰਸ਼ੀ ਬਾਬਾ ਜੀ ਨਾਨਕ ਦੇ ਵੱਲੋਂ 5000 ਤੋਂ ਯੋਗ ਦੇ ਮੋਹਨ ਜੀ ਤੇ ਲਵੀ ਇੱਕ ਬੇਨਤੀ ਛੁੱਟੀ ਜੀ ਆਪਾਂ ਸਾਰੇ ਦੇਖਦੇ ਕੋਈ ਅਨਿਲ ਸਾਰੀ ਟੀਮ ਆ ਰਹੀ ਗੁਰ ਦੇ ਨਾਲ ਯੋਧਪੁਰ ਦੀ ਸਾਰੀ ਟੀਮ ਬੇਨਤੀ ਕਰੀ ਯੋਧਪੁਰ ਦੀ ਸਾਰੀ ਟੀਮ ਆ ਰਹੀ ਹਾਂ ਆਗੇ ਬੋਲੇ ਮੇਲਦਾਰ ਹਾਂ ਕੈਂਟਰ ਵੀ ਆ ਗਿਆ ਬਹੁਤ ਬਹੁਤ ਧੰਨਵਾਦ ਵੀਰੇ ਕਪਿਲ ਮਾੜਾ ਖੁੱਲੇ ਖੁੱਲੇ ਹੋਇਓ ਇਹਨੂੰ ਪਿੱਛੇ ਨੂੰ ਹੋਵੋ ਪਰਲੇ ਪਾਸੇ ਨੂੰ ਹੋਵੋ ਖੁੱਲੇ ਨੂੰ ਹੋਜੋ ਬਹਿ ਜਾ ਇਹ ਬਹਿ ਜਾ ਰੇ ਨਹੀਂ ਹੋਇਆ ਨਾਲ ਹੋਇਆ ਵੀਰੇ ਨਾਲ ਹੋਇਆ ਨਾਲ ਹੋਇਆ ਵੀਰੇ ਲਾਈਵ ਚ ਆਉਣਾ ਵੀਰੇ ਤੂੰ ਬਹੁਤ ਬਹੁਤ ਮੁਬਾਰਕਾਂ ਜੀ ਕੋਚ ਜੋਧਪੁਰੀ ਨੂੰ ਹਾਂਜੀ ਹਾਂਜੀ ਰਵੀ ਜੀ ਲੈ ਵੀ ਗੇੜਾ ਦੇ ਕੋਚ ਪੁੱਛ ਲਓ ਇਹਨੂੰ ਬਹਿ ਜਾਓ ਬਹਿ ਜਾਓ ਬਹਿ ਜਾਓ ਇੱਧਰ ਨੂੰ ਇੱਧਰ ਨੂੰ ਇੱਧਰ ਕੀ ਹਾਲ ਆ ਬੜੀ ਮਾੜੇ ਦੇਵ ਹਾਂਜੀ ਵੀਰੇ ਮੈਂ ਠੀਕ ਆ ਠੀਕ ਆ ਹਾਂ ਹੋਰ ਮੈਂ ਚੱਲਣ ਦੇ ਕੰਮ ਪੜਾਕੇ ਹੀ ਬਹਿਣ ਦੇ ਪੜਾਕੇ ਹੀ ਕਰ ਦੋ ਗਰਾ ਵੀਰੇ ਦੁਬਾਰਾ ਸ਼ੇਅਰ ਹੁਣ ਕਰਾਂ ਗੱਡੀ ਆਉਣ ਦੋ ਮੋੜ ਕੇ ਫੇਰ ਟਰੈਕ ਤੇ ਨਹੀਂ 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 ਜੱਸੇ ਦਾ ਮੈਚ ਹੀ ਹੈ ਜੱਸੇ ਦਾ ਮੈਚ ਮਾਣੋ ਨਾ ਦਗਰਾ ਮੈਚ ਦਾ ਬਹੁਤ ਤਗੜਾ ਮੈਚ ਲੱਗਣਾ ਗੇਮ ਉੱਨੀਆਂ ਦੀ ਹੈ ਜੀ ਇਹ ਪਾੜੇ ਦੇ ਵਿੱਚ ਗੇਮ ਉੱਨੀਆਂ ਦੀ ਆ ਜੱਸੇ ਦਾ ਪਾੜਾ ਜੀ ਬਾਰੀਕਾਂ ਦਾ ਮੈਚ ਅਜੇ ਬੋਲਣੀ ਹੈਗੇ ਵੀਰੇ ਬਾਰੀਕਾਂ ਦਾ ਮੈਚ ਅਜੇ ਨਹੀਂ ਬੋਲਿਆ ਜੀ ਆਹ ਮੈਚ ਕਰ ਦਿਓ ਸ਼ੇਅਰ ਕਰਾਂ ਲਾਈਵ ਅੱਜ ਹੈਗੇ 4 ਲਾਈਵ ਹੈਗੇ ਜੀ ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ ਪੀ ਵੀ ਪੰਜਾਬ ਵਾਲੀਬਾਲ ਲਾਈਵ ਅਤੇ ਉਦੋਂ ਬਾਅਦ ਇੱਕ ਹੈਗਾ ਗਾ ਔਨਲਾਈਨ ਵਾਲੀਬਾਲ ਪਲੇਅਰਸ ਇੱਕ ਆਪਣੇ ਵਾਲਾ ਕਿਉਂ ਨਾਲ ਪੜ੍ਹਦਾ ਰਿਹਾ ਘਰੇ ਇੱਥੇ ਜਾ ਰਹੀ ਹੈ ਜੀ
ਬਾਈ ਬਤਾ ਦੋ ਦੀਆ ਚਾਰ ਲਾਈਵ ਹੈ, ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ, ਇੱਕ ਹੈਗਾ ਔਨਲਾਈਨ ਵਾਲੀਬਾਲ ਪਲੇਅਰਸ, ਇੱਕ ਹੈਗਾ ਪੀ ਵੀ 56 ਵਾਲੀਬਾਲ। ਕਰ ਲੈਂਦੇ ਹਾਂ ਬਾਈ ਲਾਰੀ, ਤੂੰ ਕਿਤੇ ਵਾਰ ਵਾਰ ਕਹਿਣਾ ਯਾਰ ਲੈ ਇਹ ਚੱਕ, ਹੁਣ ਸੈੱਟਾ ਹੁਣ ਦੱਸ ਲੈ, ਹੁਣ ਹੋ ਗਿਆ ਉੱਚਾ, ਹੋਰ ਦੱਸ ਦੇ ਜੇ ਕਰਨਾ ਤਾਂ ਉਹ ਵੀ ਕਰ ਦਿੰਦੇ ਹੁਣ। ਲਾਲਾ ਰਮਾਲ ਹੈਗਾ, ਚੇਅਰ ਨੀ ਕਰਦੇ ਲਾਰੀ ਤੁਸੀਂ, ਰਮਾਲ ਹੈਗਾ ਯਾਰ ਬਾਰੇ ਕਹਿੰਦਾ ਮੈਚ ਨਹੀਂ ਬੋਲਿਆ ਜੀ ਹਲੇ, ਬਾਰੇ ਕਹਿੰਦਾ ਮੈਚ ਨਹੀਂ ਬੋਲਿਆ ਹਲੇ। ਪੁਆਇੰਟ ਦੱਸਦੇ ਜੀ, ਪੁੱਛ ਕੇ ਪੁਆਇੰਟ ਦੱਸਦੇ ਆ ਪੰਡਿਤ ਜੀ, ਪੁਆਇੰਟ ਕਿੰਨੇ ਆ? 5 ਸੇ 8 ਸੇ 8 ਤੇ 6 ਪੁਆਇੰਟ ਆ ਜੀ, ਕਰ ਦੋ ਗਰਾਂ ਸ਼ੇਅਰ ਹੁਣ ਦੱਬ ਕੇ। ਬਦਸ਼ੀਕਰੀ ਦੇ ਪੁਆਇੰਟ ਹੈਗਾ ਜੀ 8 ਤੇ 6 ਪੁਆਇੰਟ ਹੈਗਾ ਜੀ ਜੱਸੇ ਦੇ, ਆ ਗੁੱਡ ਦੀਪ ਅਵਤਾਰ ਸਿੰਘ, ਨਹੀਂ ਨਹੀਂ 8 6 ਪੁਆਇੰਟ ਆ ਜੀ। ਆਊਟ ਬਾਲ, ਫਤਿਹਪੁਰ ਕਾ ਯੂਪੀ ਕਾ ਮੈਚ ਆ, ਵੀ ਬੋਲਣੀ ਆ ਬਾਈ। ਛੋਟੂ ਮਾਜਰਾ ਨਹੀਂ ਆਇਆ ਬਾਈ, ਛੋਟੂ ਮਾਜਰਾ ਨਹੀਂ ਆਇਆ ਬਾਈ, ਛੋਟੂ ਮਾਜਰਾ ਨਹੀਂ ਆਇਆ ਬਾਈ। ਬਾਈ ਜੀ ਦੋ ਨੰਬਰ ਗਰਾਊਂਡ ਆਪਾਂ ਕਰੀਏ ਖਾਲੀ ਬਾਈ, ਜਿਹਨਾਂ ਦਾ ਮੈਚ ਜਾਣੀ ਵੀਰ ਬਣ ਕੇ। ਹਾਂਜੀ ਬਲੌਗਰ ਦਾ ਕਹਦੇ ਆ ਬਸ, ਤੋਰੀ ਬੁਲਗਾ ਚੱਲੀ ਜਾਂਦਾ ਤੈਨੂੰ ਪਤਾ ਹੀ ਆ, ਮਤਲਬ ਵਾਲੀਬਾਲ ਚੱਲ ਖੇਡਦੇ ਆ ਪਰ ਰਾਤ ਵਾਲੀ ਹੋ ਜਾਂਦੀ ਆ, ਹੋਰ ਨਹੀਂ ਹੁਣ ਆਪਾਂ ਉੱਥੇ ਜਾਂਦੇ ਜਿੱਥੇ ਆਪਣੇ ਬਲ ਉੱਤੇ ਉਹ ਪ੍ਰੇਮ ਨਾਲ ਸਾਧਦਾ। ਆਓ ਬਾਈ ਰਾਏਕੋਟ ਪੀ ਵਾਲੇ ਮੁੰਡੇ ਖੜੇ, ਚੋਲਪੁਰੀ ਟੀਮ ਬਾਈ ਜੀ, ਚੋਲਪੁਰੀ ਦੀ ਟੀਮ ਆਓ ਯਾਰ, ਗਰਾਊਂਡ ਨੰਬਰ 3 ਦੇ ਵਿੱਚ ਤੁਹਾਡਾ ਮੈਚ ਆ ਸੋਹਣੇ ਵੀਰ। ਬਾਈ ਜੀ ਮੇਰੀ ਬੇਨਤੀ ਆ ਭਰਾ ਬਣ ਕੇ ਜੋਧਪੁਰੀ ਦੀ ਟੀਮ ਨੂੰ ਲੈ ਵੀ ਜੱਗੇ, ਚੰਗੀਆਂ ਗੱਲਾਂ ਨੇ, ਦੋ ਫੋਨ ਸੀ ਜੱਗੇ, ਮੈਂ ਜਿਹੜੀ ਹਰੀ ਕਹਿੰਦਾ ਸੇਲੀ ਵਾਲਾ ਵੀ ਗੱਲਾਂ ਛੋਟੂ ਮਾਜਰਾ ਨਹੀਂ ਆਇਆ ਬਾਈ, ਛੋਟੂ ਮਾਜਰਾ ਨਹੀਂ ਆਇਆ ਅੱਜ, ਸ਼ੇਅਰ ਕਰ ਦੋ ਸ਼ੇਅਰ ਕਰ ਦੋ ਯਾਰ, ਜੇ ਦੂਜਾ ਫੋਨ ਆ ਵੀ ਆ ਮੈਚ ਵੀ ਤਗੜੇ ਗੁਰਪੱਲੋ ਦਾ ਫੋਟੋ ਵੀ ਆਇਆ ਹੋਇਆ ਹੈ, ਚਰਦੇ ਕਹਿੰਦੇ ਵੱਡੇ ਆ ਦੋ ਨੰਬਰ ਗਰਾਊਂਡ ਦੇ ਬਾਈ, ਇਸ ਤੋਂ ਬਾਅਦ ਫਤਿਹਪੁਰ ਯੂਪੀ ਦੇ ਵੀਰੇ ਪਾਰੇਗਾ, ਫਤਿਹਪੁਰ ਯੂਪੀ ਤੇ ਪਾਰੇਗਾ ਦੋਵੇਂ ਟੀਮਾਂ ਵੀਰੇ ਦੋ ਨੰਬਰ ਗਰਾਊਂਡ ਦੇ ਰਿਪੋਰਟ ਕਰਨਗੀਆਂ। ਨਹੀਂ ਯਾਰ
ਲਵੀ ਫਿਰ ਕਿੰਨੇ ਕਿੰਨੇ ਨੰਬਰ ਸੋਹਣੇ ਲਈ ਦੱਸੀ ਇੱਕ ਵਾਰੀ ਫੋਨ ਲੈ ਕੇ ਸੱਤ ਨੰਬਰ ਹੈ ਜੀ ਇੱਧਰ ਰਾਜਸਥਾਨ ਦੀ ਟੀਮ ਦੇ ਸ਼ੇਰੂ ਦਾ ਮੈਚ ਨਹੀਂ ਬੋਲਿਆ ਅੱਠ ਨੰਬਰ ਆ ਲਵੀ ਤਲਵਿੰਦਰਾ ਪਰਸਿੰਕਰੀ ਵਾਲੇ ਮੁੰਡੇ ਪਿਛਲੇ ਕਈ ਮਿਲ ਜਿੱਤੇ ਆ ਤਲਵਿੰਦਰ ਯੂਐਸਏ ਵੀ ਬੰਦਿਆਂ ਨੂੰ ਲਿੰਕ ਨੀ ਮਿਲਦਾ ਆਪਣੇ ਭਰਾ ਸਾਡੇ ਦੀਆਂ ਸਾਰੇ ਜਾਣੇ ਸ਼ੇਅਰ ਮਾਰ ਹੋਈ ਪਈ ਹੈ ਮੇਰੇ ਵੀਰੋ ਹੁਣ ਦੀਆਂ ਤੂੜੀਆਂ ਨੂੰ ਸੋਹਣੀ ਸਮਾਨਾਂ ਨੂੰ ਇਹ ਪੱਲੇ 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 ਹਾਏ ਮੇਰੇ ਰੱਬਾ ਲਾਵੀ ਹੁਣ ਤੱਕ ਦਰਸ਼ਕ ਵੀਰੋ ਤੇ ਥੋੜਾ ਬਹੁਤਾ ਵੀ ਮੈਜਰਾ ਸਵਾਰ ਆਇਆ ਤੇ ਇੱਕ ਵਾਰੀ ਤਾੜੀਆਂ ਮਾਰਦੇ ਚੋਰ ਜਿਹੜੇ ਮੇਰੇ ਵੀਰੋ ਹਾਲੇ ਤੇ ਸ਼ੁਰੂਆਤਾਂ ਨੇ ਮੈਚ ਤੇ ਬਹੁਤ ਤਕੜਾ ਲੱਗਣਾ ਪਰ ਗਰਾਊਂਡ ਨੰਬਰ 2 ਦੇ ਵਿੱਚ ਬਈ ਬੱਲੋ ਵਾਲਾ ਕਹਿੰਦਾ ਖੁੱਪ ਆਇਆ ਹੋਇਆ ਨਾਲ ਮੈਂ ਵੇਖਦਾ ਵੀ ਮੰਡੀ ਕਲਾਂ ਪਿੰਡ ਆ ਫਿੱਕੀ ਦਾ ਆਹ ਕੁੜੀਆਂ ਦਾ ਮਹਾਨ ਖਿਡਾਰੀ ਖੇਡਦਾ ਮੇਰੇ ਬੇਟੋ ਲਓ ਪਲ ਪਲ ਬਲੇ ਆਓ ਸਾਹਮਣੇ ਆ ਕਹਿੰਦੇ ਇਲਾਕੇ ਦੇ ਖਿਡਾਰੀਆਂ ਹੋ ਜਾਂਦਾ ਬਾਈ ਜੀ ਗਰਾਊਂਡ ਨੰਬਰ 3 ਕਮਲ ਪਾਲ ਥੋੜਾ ਜਿਹਾ ਤੀਰ ਬਣ ਕੇ ਜੇ ਅਸੀਂ ਇੱਧਰ ਬਿਜੀ ਹੁੰਦੇ ਹਾਂ ਨਾ ਰੈਫਰੀ ਬਾਈ ਆਪਾਂ ਥੋੜਾ ਜਿਹਾ ਆਪ ਹੀ ਸਮਝਿਆ ਕਰੀਏ ਹਰਦੀਪ ਮਰਾਹੜ ਕੈਨੇਡਾ ਉਹ ਭਰਾ ਸਕਦਾ ਕਹਿੰਦਾ ਵੀ ਅਗਲੇ ਸਾਲ ਲਈ ਤੀਜਾ ਪ੍ਰਾਈਜ ਆਪਣੇ ਵੱਲੋਂ ਹੋਵੇਗਾ ਬਹੁਤ ਬਹੁਤ ਧੰਨਵਾਦ ਆ ਯਾਰ ਹੋਇਆ ਹੋਇਆ ਹਰ ਚਰਚੇ ਹੋਰ ਗਏ ਦੇ ਹੀ ਰਹੇ ਚੁੱਟੀ ਰਹੇ ਸੁਣਨਾ ਪੱਲੇ 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 ਬਈ ਬਾ ਜੋੜੀ ਕਹਿੰਦੇ ਬੜੀ ਪ੍ਰਸਿੱਧ ਰਹੀ ਹੈ ਮੇਰੇ ਵੀਰੋ ਭਰਾ ਸਾਡਾ ਕਹਿੰਦੇ ਲਾਈ ਜਾਣਾ ਬੈਠਾ ਵੀ ਦੇਖੀ ਕਹਿੰਦੇ ਟੂੜੋ ਤੇ ਨੀ ਗਿਰਿਆ ਦਿੰਦੇ ਆ ਸੱਪਾਂ ਦੀਆਂ ਸਰੀਆਂ ਤੇ ਰੋਜ ਕੱਢਦੇ ਡਿਗਰੀ ਵੀ ਪਾਸ ਆਊਟ ਕੀਤੀ ਹੋਈ ਆ ਤੇ ਫੇਰ ਕਹਿੰਦੇ ਡੰਗਰਾਂ ਦਾ ਗੋਹਾ ਕੱਢਦੇ ਆ ਸੁਪਨੇ ਚ ਕਾਹਤੋਂ ਮੇਰੇ ਰੋੜ ਟੁੱਟੀਆਂ ਤੇ ਗੌਰ ਨਾਲ ਵੇਖੀ ਮੇਰੇ ਹੱਥ ਪੰਡਦਾ ਗੌਰ ਨਾਲ ਵੇਖੀ ਮੇਰੇ ਹੱਥ ਪੰਡਦਾ ਲੱਭ ਕਿਤੇ ਨਕਸ਼ਾ ਕੈਨੇਡਾ ਸ਼ਹਿਰ ਦਾ ਕਿੰਨੇ ਪੁਆਇੰਟ ਹੋ ਗਏ ਪੁਆਇੰਟ ਹਰਮਨ ਹਰਪ੍ਰੀਤ ਹਰਪ੍ਰੀਤ ਪੂਰੀ ਹੈ ਭਰਾ ਸਾਡਾ ਉਹ ਵੀ ਲਾਈਵ ਜਿਹੜਾ ਬੈਠਾ ਬਹੁਤ ਬਹੁਤ ਧੰਨਵਾਦ ਹੈ ਸਰਪਿੰਕ ਹੋਰ ਕੁਝ ਭਲਾਈ ਵਾਲਾ ਇੱਕ ਦੋ ਬਹੁ ਹੋ ਗਏ ਆਹ ਸਾਹਮਣੇ ਖੜਕ ਕਰਕੇ ਵੱਡੇ ਮੈਚ ਦੇ 9 ਤੇ 7 ਪੁਆਇੰਟ 9 ਆ ਬੰਦ ਸਿੰਗਰੀ ਦੇ 7 ਪੁਆਇੰਟ ਹੈਗਾ ਰੇ ਸਾਹਿਬ ਦੇ ਸਰਪੰਚ ਭਰਾ ਸਾਡਾ ਆਪਣਾ ਸਨਮਾਨ ਜ਼ਰੂਰ ਲਵੇ ਮੇਰੀ ਬੇਨਤੀ ਹੈ ਜੱਗੇ ਸਰਪੰਚ ਸਾਡੇ ਵੀਰ ਨੂੰ ਬਹੁਤ ਵੱਡਾ ਧੰਨਵਾਦ ਹੈ ਇੱਧਰ ਵੀਰਾਂ ਦੇ ਮਾਣ ਜਿਹੜੇ ਕੀਤੇ ਜਾ ਰਹੇ ਨੇ ਬਾਈ ਮੈਂ ਬਹੁਤ ਵਾਰੀ 10-7 ਤੇ ਜੀ ਮੈਂ ਘੱਟੋ ਘੱਟ 10 ਵਾਰੀ ਮੈਚ ਬੋਲ ਦਿੱਤਾ ਵੀ ਮੁੰਡੇ ਜਲਦੀ ਤੋਂ ਪਹਿਲਾਂ ਮੈਚ ਸ਼ੁਰੂ ਕਰਨ ਹੁਣ ਆਪ ਨੂੰ ਵੀ ਮੁੰਡਿਆਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਸੀਨੀਅਰਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਆਪਾਂ ਖਿਆਲ ਰੱਖੀਏ ਮੇਰੀ ਬੇਨਤੀ ਆ ਭਰਾ ਬਣ ਕੇ ਉੱਧਰ ਹੈਗਾ 10-7 ਇੱਧਰ ਆ 7 ਉੱਧਰ ਆ ਫਿਰ 9-7 ਹੋਣਗੇ 10 ਹਨਾ
ਦੂਜਾ ਲੈ ਗਏ ਉਹਨੇ ਮਾਲਵਾ ਬੈਲਟ ਵਾਲੀਬਾਲ, ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ। ਭਾਈ ਕਮਲ ਕਿਉਂ ਨੀ ਮੈਚ ਚੱਲਦਾ ਯਾਰ, ਦੱਸੋ ਵੀਰੇ ਯਾਰ ਇੱਕ ਵਾਰੀ। ਬਰਾਜ ਜੀ ਮੈਨੂੰ ਮਿਲਿਆ ਕੇ ਕਰ ਦੋ ਬਾਈ, ਸਾਰੇ ਜਾਣੇ ਇੱਕ ਇੱਕ ਸ਼ੇਅਰ ਕਰ ਦੋ ਯਾਰ। ਲੈ ਵੀ ਉਧਰੋਂ 23 ਤਰੀਕ ਜਿਹੜੀ ਹੋਣੀ ਆ, 23 ਤਰੀਕ ਨੂੰ ਗੱਲਾਂ ਹੋਣਗੀਆਂ ਮਹਿਰਾਜ ਦੇ ਟੂਰਨਾਮੈਂਟ ਦੇ, ਤੇ ਮੇਰੇ ਵੀਰੇ 25,000-21,000 ਰੁਪਏ ਜਿਹੜਾ ਪ੍ਰਾਈਜ਼ ਹੋਵੇਗਾ, ਤੇ ਬੈਸਟ ਪਲੇਅਰ ਦੇ ਲਈ ਮੋਟਰਸਾਈਕਲ ਦਿਲਪ੍ਰੀਤ ਗਿੱਲ ਕੈਨੇਡਾ ਵੱਲੋਂ ਇੱਕ ਵਾਰੀ ਤਾੜੀ ਮਾਰ ਦਿਓ ਮੇਰੇ ਵੀਰੋ। ਦਿਲਪ੍ਰੀਤ ਗਿੱਲ ਕੈਨੇਡਾ ਜੌਂਟੀਆ ਸ਼ਹਿਰਾ ਫਤਿਹਪੁਰ ਯੂਪੀ ਦਾ, ਆਪਾਂ ਮੋਟਰਸਾਈਕਲ ਦੇਵਾਂਗੇ ਪਿਆਰ ਕਹਿੰਦੇ ਮਹਿਰਾਜ ਵਾਲੇ ਮੁੰਡਿਆਂ ਦੇ ਨਾਲ, ਤੇ ਪੱਟਾ ਮੇਲਾ ਕਰਾਉਣਾ ਭਰਾ ਸਾਡੇ ਕਹਿੰਦੇ ਆ। ਆਉਣ ਵਾਲੀ 23 ਤਰੀਕ ਨੂੰ ਗੱਲਾਂ ਗੋਡਾ ਸਣੀ ਬਹੁਤ ਅਗਲੀ ਬਾਲ ਮੁੜ ਗਿਆ ਯਾਰ, ਬਾਬਾ ਲਧਾਣਾ ਨਹੀਂ ਆਈ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਹੁਤ ਪਿਆਰਾ ਤੇ ਸਤਿਕਾਰਯੋਗ ਮਿੱਤਰ ਸਾਡੀ ਜ਼ਿੰਦਗੀ ਦਾ, ਤੇ ਬਾਬਾ ਨੇ ਸਾਡੇ ਵੱਡੇ ਵੀਰ ਦੇ ਲਈ ਬੜਾ ਪਿਆਰਾ ਤੇ ਸਤਿਕਾਰਯੋਗ ਖਿਡਾਰੀ ਆ ਮੇਰੇ ਮਿੱਤਰ। ਕਦੇ ਵੀ ਕਿਸੇ ਦੇ ਨਾਲ ਮੈਂ ਲੜਦਾ ਨਹੀਂ ਵੇਖਿਆ, ਪਰ ਇੱਧਰ ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ ਹੈ। ਆਹ ਗਰਾਊਂਡ ਨੰਬਰ 2 ਦੇ ਵਿੱਚ ਆਹ ਬੱਲੇ 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 ਆਹ ਮੁੰਡੇ ਕਹਿੰਦੇ ਭੋਚੋ ਵਾਲੀ ਪਿੰਡ ਦੇ ਆ, ਨਾਲ ਮੈਂ ਵੇਖਦਾ ਵੀ ਸੰਦੋਹਾ ਪਿੰਡ ਹੈ ਤੇ ਗਿੱਟੂ ਖਾਂ ਕਹਿੰਦੀ ਆ ਮੇਰੇ ਮਿੱਤਰ ਸ਼ੇਅਰ ਨੀ ਕਰਦੇ ਯਾਰ ਤੁਸੀਂ ਇੰਨਾ ਤਗੜਾ ਮੈਚ ਆ ਸ਼ੇਅਰ ਨੀ ਕਰਦੇ। ਉਹ ਮੁੰਡਾ ਸਿਰਕਤ ਸਰਦਾਰ ਸਾਹਮਣੇ ਧਨ ਧਨ ਕਰਵਾ ਗਿਆ ਮੇਰੇ ਮਿੱਤਰ, ਇੱਕ ਸਿਰੇ ਦੀ ਟੱਕਰ ਜਿਹੜੀ ਸ਼ੇਰੂ ਆਇਆ ਜੀ, ਸ਼ੇਰੂ ਆ ਗਿਆ ਚੈਣੇ ਵਾਲ ਜੀ, ਆਹ ਖੜਕੇ ਦੜਕੇ ਵੱਟੇ ਆ ਮੇਰੇ ਵੀਰੇ, ਰੌਲੇ ਰੁਪਏ ਪੈਂਦੇ ਇੱਧਰ ਵੀ ਸਾਈਡਾਂ ਜਿਹੜੀਆਂ ਤੇਜ਼ ਨੇ, ਛੋਟੇ ਪੱਟ ਦੇ ਨੰਬਰ ਨੇ ਅਸ ਕਿੰਨੇ ਕਿੰਨੇ ਨੇ, 11 ਨੰਬਰ ਜਿਹੜੇ ਬਾਈ ਜੀ ਬਰਸੀ ਫਰੀ ਦੀ ਟੀਮ ਨੇ ਆ, ਸ਼ੇਅਰ ਕਰ ਦੋ ਬਹੁਤ ਕਰਨਗੇ, ਮੋੜੀ ਆਉਂਦੇ ਆ ਮੋੜੀ ਅੰਡਰ ਹੈਰੀ ਮੋੜੀ ਆਉਂਦੇ ਆ, ਲਓ ਸਾਹਮਣੇ ਮੈਚ ਉਧਰ ਵੀ ਬਹੁਤ ਚੋਟੀ ਦਾ ਪਰ ਮੇਰੇ ਮਿੱਤਰੋ 2 ਨੰਬਰ ਗਰਾਊਂਡ ਦੇ ਵਿੱਚ ਆਹ ਮਾਲਵਾ ਪੁਲਟ ਦੇ ਕਹਿੰਦੇ ਚਰਚੇ ਵੱਡੇ ਆ, ਇੱਧਰ ਵੀ ਮੈਂ ਵੇਖਦਾ ਵੀ ਦੁਨੀਆਂ ਦੇ ਅਣਥਕ ਜੋਧੇ ਖੇਡ ਰਹੇ ਆ, ਬੱਲੋ ਦਾ ਜੱਸੀ ਕਈ ਗਲਤੀਆਂ ਕਰ ਗਿਆ ਜੋ ਉਹ ਪ੍ਰਦੀਪ ਗਿੱਲ ਮੇਜਰ ਭੁੱਲ ਕੋਚ ਆਇਆ ਵੀਰੇ, ਕੋਚ ਬਿਮਾਰ ਹੋਣ ਕਾਰਨ ਕੋਚ ਖੇਡਿਆ ਨਹੀਂ ਹੈਗਾ ਜੀ, ਹਰ ਚਰਚੇ ਹੋਏ ਆ ਕੋਚ ਦਾ ਸਨਮਾਨ ਹੋ ਕੇ ਹਟਿਆ ਵਾ, ਮੁੰਡਿਆਂ ਦੇ ਬੁੱਲਟ ਦੇ ਨਾਲ ਫੱਟੇ ਮਾਰ ਕੀਤੇ ਆ, ਹਰ ਕਹਿੰਦੇ ਆ ਵੀ ਵਾਲੀਬਾਲ ਮੀਡੀਅਮ ਦੇ ਵਿੱਚ ਪਹਿਲਾ ਮੋਟਰਸਾਈਕਲ ਜੇ ਕਿਸੇ ਪਲੇਅਰ ਨੂੰ ਸਨਮਾਨ ਦੇ ਵਿੱਚ ਹੋਇਆ ਨਾ, ਉਹ ਪੱਲੋ ਦੇ ਕੋਪੇ ਨੂੰ ਸਨਮਾਨ ਦੇ ਵਿੱਚ ਮਿਲਿਆ, ਉਹ ਖਿਡਾਰੀ ਆਪਣੇ ਕੋਲ ਪੁੱਜਿਆ। ਪੁਆਇੰਟ ਹੈਗਾ 11 ਬਦਸ਼ੀਕਰੀ, 7 ਪੁਆਇੰਟ ਹੈਗੇ ਆ ਰੇਸਰ ਦੇ, ਤੇ ਦੂਜੇ ਪਾਸੇ ਤਾਰੇਗਾ ਆਹ ਸੱਤਾ ਸਵਾਰ ਭਰਾ, ਤੇ ਮੇਰੇ ਵੀਰੇ ਸੁਨੀਲ ਪਟਾਵਾ ਗੋਡਾ ਨੇੜੇ ਤਗੜੇ ਆ, ਤਿੰਨੇ ਗਰਾਊਂਡਾਂ ਦੇ
ਰੌਲੇ ਰੱਪੇ ਪੱਟੇ ਆ। ਮਾਸਟਰ ਨਾਰਗਰ ਜੀ ਕਹਿੰਦੇ ਆ ਵੀ ਜੇ ਆ ਮੈਂ ਜਿੱਤ ਗਿਆ ਫੁੱਲੀਆਂ ਦਾ ਸੜੀ ਅਗਲੇ ਸਾਲ ਚਾਂਦੀ ਦੀ ਚੇਨ ਭਾਲਿਆਂਗੇ। ਹਾਂ ਚਾਂਦੀ ਦੀ ਚੇਨ ਨਾਲ ਪੱਟੇ ਜਿਹੜੇ ਸਮਾਨ ਮਿਲੇ ਬਹੁਤ ਟੌਪ ਦਾ ਮੈਚ ਆ ਮੇਰੇ ਮਿੱਤਰੋ। ਖੇਡ ਗਰਾਊਂਡਾਂ ਦੇ ਵਿੱਚ ਖੇਡੇ ਜਾ ਰਹੇ ਨੇ ਟੀਮਾਂ ਗਰਾਊਂਡ ਨੰਬਰ ਇੱਕ ਦੇ ਵਿੱਚ ਵੀ ਉਹ ਮੁੰਡੇ ਧਨ ਧਨ ਕਰਵਾਈ ਆਉਂਦੇ ਦੁਨੀਆਂ ਦੇ ਵਿੱਚ ਚਰਚੇ ਕਰਵਾਏ ਆ। ਆ ਗੱਭਰੂ ਸੈਟ ਲਿਆ ਜੱਸਾ ਸੈਂਟਰ ਚ ਆ ਗਿਆ। ਗੱਭਰੂ ਕਹਿੰਦੇ ਜੱਸਾ ਸੈਂਟਰ ਚ ਆ ਗਿਆ। ਇਹਦੇ ਸਰਨਾਵੇ ਦੁਨੀਆਂ ਨੇ ਪੁੱਛੇ ਆ ਨਜ਼ਾਨਾ ਉਧਰ ਟੂਣੇ ਟੱਪੇ ਗੱਭਰੂ ਕਰੀ ਆਉਂਦੇ 201 ਹੋ ਗਿਆ ਵੀਰੇ 200 ਖਿੱਚ ਕੇ ਰੱਖੂ ਮੇਰਾ ਕੰਮ ਨੂੰ ਤੇ 19 ਕੀ ਹੋ ਗਈ ਨਾ ਤੇ ਫੇਰ ਮਿੱਤਰਾ ਮਿਲ ਗਿਆ ਲੱਗਦਾ ਲਿੰਕ ਸਾਰਿਆਂ ਨੂੰ ਪੁਆਇੰਟ ਉਧਰ 7 ਇੱਧਰ 12 ਪੁਆਇੰਟ ਆ 7 ਰਹਿ ਸਰ 12 ਬਲਸਿੰਗਰੀ ਇੱਕ ਪੇਚਾ ਜੱਸਾ ਆ ਗਿਆ ਉਧਰ ਸੈਂਟਰ ਤੇ ਪੇਚਾ ਪਿਆ ਹੋਇਆ ਉਧਰੋਂ ਕਹਿੰਦੇ ਮੇਰੇ ਵੀਰੇ ਭਰਵਾਰੀਆਂ ਦਾ ਵਿੱਕੀ ਦੇ ਵਿੱਚ ਚੁੱਕੇ ਦੇ ਵਿੱਚ ਤੇ ਅੱਜ ਚੇਚੇ ਤੁਰਦੇ ਆ ਹੋਇਆ ਭਰਾ ਸਾਡਾ ਕਹਿੰਦਾ ਵੀ ਆਪਾਂ ਅਗਲੇ ਸਾਲ ਰਵੀ ਵੀ ਖਿੱਚੀ ਤੁਰਿਆ ਕੰਮ ਲਵੀ ਨੰਬਰ ਇੱਧਰ ਵੀ ਦੱਸਦੇ ਗੁਰੀ ਕਿੰਨੇ ਕਿੰਨੇ ਨੇ 4 ਤੇ 4 ਵਾਰੀਵਾ ਮੈਚ ਦੇ ਇੱਧਰ ਵੀ ਬਹੁਤ ਖੜਕਿਆ ਫਿਰਦਾ ਪੱਲੋ ਵਾਲਾ ਕੋਪਾ ਉਹ ਦੂਜੇ ਪਾਸੇ ਮੁੰਡੇ ਮੈਨੂੰ ਗੱਲਬਾਤ ਕਦੇ ਹੋਰ ਹੀ ਬਣਾਉਣ ਨੂੰ ਫਿਰਦੇ ਆ। ਆਓ ਕਹਿੰਦੇ ਗੱਭਰੂ ਮੇਰੇ ਮਿੱਤਰ ਗੱਲਾਂ ਕੁਝ ਹੋਰ ਹੀ ਕਰੀ ਆਉਂਦੇ ਆ। ਆ ਕਹਿੰਦੇ ਪੁਰਜ ਢਿਲਵਾ ਵਾਲਾ ਸਿੰਮੂ ਆ ਮੇਰੇ ਮਿੱਤਰੋ ਹਰ ਖਿਡਾਰੀ ਆ ਲਓ ਦੁਨੀਆਂ ਦੇ ਮੇਰੇ ਮਿੱਤਰੋ ਅੱਜ ਨਕਸ਼ੇ ਦੇ ਉੱਤੇ ਜਲਾਲਦੀਵਾਲ ਪਿੰਡ ਦਾ ਇਤਿਹਾਸ ਲਿਖਿਆ ਜਾਣਾ ਵੀ ਕਿਹੜੀ ਟੀਮ ਨੇ ਜਿੱਤਣਾ ਆਓ ਕਿਹਨੇ ਸਿੱਖਣਾ ਸ਼ੱਕ ਤੇ ਰਹਿਣੀ ਆ ਮੇਲਾ ਮੇਰੇ ਮਿੱਤਰੋ ਬਾਈ ਧੱਕ ਤੇ ਪੈਣੀ ਆ ਆਓ ਧੱਕ ਪਈ ਹੋਈ ਆ ਕਲਾਲੇ ਦਾ ਲੱਡੂ ਵੀ ਪੁੱਜਿਆ ਹੋਇਆ ਮੇਰੇ ਮਿੱਤਰੋ ਗਵਿੰਦ ਵਾਲੇ ਭਰਾ ਕਹਿੰਦੇ ਪਿੰਡ ਉਹ ਲੱਗੇ ਹੋਏ ਕਹਿੰਦੇ 2100 12 ਦੇ ਸੱਤ ਦੀ ਟੱਕਰਾ 12 ਨੰਬਰ ਆ ਬਰਸੀਕੜੀ ਦੀ ਟੀਮ ਦੇ ਗੱਲ ਨਹੀਂ ਆ ਉਹ ਖੁੱਲੀ ਵਾਲੀ ਆ ਲੰਬੜਦਾਰ ਲੰਬੜਦਾਰ ਹਾਂ ਲਾਡੀ ਪ੍ਰਿੰਸ ਧਾਲੀ ਵਾਲਾ ਕਹਿੰਦਾ ਆਉਂਦੇ ਸਾਲ ਸਨੀ ਨੂੰ ਚਾਂਦੀ ਦੀ ਚਾਂਦੀ ਦਾ ਕੜਾ ਕਰਦਾ ਇਹ ਮਾਣ ਸਨਮਾਨ ਜੇ ਜਿੱਤਦਾ ਮੈਚ ਬਹੁਤ ਬਹੁਤ ਸ਼ੁਕਰੀਆ ਪ੍ਰਿੰਸ ਧਾਲੀਆ ਵੀਰ ਸਾਡਾ ਕਹਿੰਦਾ ਸਨੀ ਨੂੰ ਆਉਂਦੇ ਸਾਲ ਚਾਂਦੀ ਦਾ ਕੜਾ ਪਾ ਦੇਗੇ ਜੇ ਆਹ ਮੈਚ ਜਿੱਤੇ
ਵੱਡੇ ਜਿਹੜੇ ਮਾਣ ਕਰ ਦੇਗੇ ਹਰ ਕਹਿੰਦੇ ਤਾਇਆ ਵੀ ਆਏ ਹੋਇਆ ਗੱਲਾਂ ਕਹਿੰਦੇ ਵੱਡੀਆਂ ਨੇ ਇੱਕ ਸੋਈਆਂ ਇੱਕ ਜਲਾਲ ਦੀ ਵਾਲੀ ਥੋੜੀ ਕਹਿੰਦੇ ਬੜੀ ਪ੍ਰਸਿੱਧ ਹੈ ਪਰ ਮੈਂ ਬਾਹਲਾ ਤਗੜਾ ਖੇਡ ਦੇ ਮੈਦਾਨ ਮੇਰੇ ਵੀਰੇ ਮੇਰੀ ਬੇਨਤੀ ਆ ਨਵੀ ਅਗਲਾ ਮੈਚ ਹੈ ਜੀਤੀ ਫਤਿਹਪੁਰ ਤੇ ਪਾਰੇਗਾ ਇਹ ਟੀਮ ਨੇੜੇ ਆ ਜਾਣੀ ਤੇ ਤਿੰਨ ਨੰਬਰ ਗਰਾਊਂਡ ਦਾ ਵੀਰੇ ਮੈਚ ਹੈ ਜਿਹੜਾ ਲਵੀ ਇੱਥੇ ਟੀਮਾਂ ਉਭਰੇ ਚੈਨਿਆਲ ਤੇ ਪੁਰਜ ਭਲਾਈ ਦੀਆਂ ਟੀਮਾਂ ਚੈਨਿਆਲ ਤੇ ਪੁਰਜ ਭਲਾਈ ਦੀ ਟੀਮਾਂ ਤਿੰਨ ਨੰਬਰ ਗਰਾਊਂਡ ਤੇ ਆ ਰਹੀ ਇੱਕ ਨਾ ਬਾਈ ਜੀ ਜਿਹੜੇ ਮੈਚ ਬੋਲਦੇ ਆ ਆਪਣੇ ਕਮੈਂਟਰ ਨੰਬਰ ਨਾਲ ਬੋਲਦਾ ਚਾਹੇ ਗੁਰਨਾਮ ਬੋਲਦਾ ਕੋਈ ਵੀ ਬੋਲਦਾ ਕੈਸ਼ੀਅਰ ਨੂੰ ਯਾਰ ਮਨੂ ਤੇਰੀ ਤਾਂ ਸਮਝ ਨੀ ਲੱਗਦੀ ਕੀ ਲਿਖੀ ਜਾਂਦਾ ਜੱਸਾ ਆਨੰਦਗੜ ਇੱਕ ਹੋਰ ਗਲਤੀ ਕਰ ਗਿਆ ਹੁਣ ਜਿਵੇਂ ਮੈਚ ਬੋਲਿਆ ਟੀਮਾਂ ਦਾ ਅਗਲਾ ਉਹਨਾਂ ਨੂੰ ਬੇਨਤੀ ਆ ਵੀ ਜਾਂਦੀ ਆ ਜੋ ਕਿਉਂਕਿ ਦੋਸਤੋ ਇਹ ਚੀਜ਼ ਨਾਲ ਸਾਰੇ ਟੂਰਨਾਮੈਂਟ ਮਗਰ ਢਾਈ ਘੰਟਿਆਂ ਦਾ ਫਰਕ ਪੈ ਜਾਂਦਾ ਜੇ ਤੁਸੀਂ ਦਸ ਦਸ ਪੰਦਰਾਂ ਮਿੰਟ ਖਰਾਬ ਕਰਦੇ ਹੋ ਤੀਹ ਚਾਲੀ ਮਿੰਟਾਂ ਬਾਅਦ ਢਾਈ ਤਿੰਨ ਘੰਟਿਆਂ ਦਾ ਫਰਕ ਪੈ ਜਾਂਦਾ ਸਾਰਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਛੋਟੂ ਮਾਜਰਾ ਨਹੀਂ ਆਇਆ ਬਾਈ ਛੋਟੂ ਮਾਜਰਾ ਨਹੀਂ ਆਇਆ 13-7 ਪੁਆਇੰਟ ਹੋ ਗਏ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਦਰਸ਼ਕ ਬੈਠੇ ਪੁਆਇੰਟ ਗਿਣਦੇ ਆ ਯਾਰ ਕਿਉਂਕਿ ਪੁੱਛਣੇ ਉੱਡੀ ਦੂਰੋਂ ਬਹੁਤ ਔਖਾ ਹੋ ਜਾਂਦਾ ਪੁਆਇੰਟ ਸੁਰੇਸ਼ ਰਾਮਕੋਟ ਆਇਆ ਜੀ ਪਰ ਮੈਨੂੰ ਐਂ ਲੱਗਦਾ ਜਿਵੇਂ ਉਹ ਮੈਚ ਲੂਜ ਕਰ ਗਿਆ ਹੁੰਦਾ ਜੌਂਟੀ ਆਇਆ ਜੀ ਜੌਂਟੀ ਆਇਆ ਵੀਰੇ ਹੈਲੋ ਹੈਲੋ ਹਾਂਜੀ ਲਵੀ ਗੁਰਦਰਾਇਣ ਕਮਾਲ ਹੋਈ ਜਾਂਦੀ ਆ ਫਤਿਹਪੁਰ ਚ ਹੈਗਾ ਜੋ ਚੀਤਾ ਖਜਨਾਵਰ ਤੇ ਜੌਂਟੀ ਬਈ ਵਾਲਾ ਅਗਲਾ ਮੈਚ ਖੇਡਣ ਲਈ ਵੀਰੇ ਝੋਲਣਾ ਤੇ ਰਾਮਕੋਟ ਵਾਲੇ ਨਵੀਂ ਜਿਹੜੀ ਟੀਮ ਤੇ ਇੱਕ ਨੰਬਰ ਲੱਗਿਆ ਨਹੀਂ ਬੜਾ ਜਿੱਤਿਆ ਕੌਣ ਆ ਯਾਰ ਨੰਬਰ ਜਲਾਲ ਦੀ ਯਾਰ ਬਾਈ ਹਰੀ ਅਸ਼ਰੀਆ ਦੇ ਬਾਈ ਜੱਗਾ ਧਿਆਨ ਨਹੀਂ ਦਿੱਤਾ ਤਾਂ ਦੋ ਨੰਬਰ ਗਰਾਊਂਡ ਤੇ ਮਾਰ ਕਰ ਦਿਆਂਗੇ ਆਓ ਸੈਂਟਰ ਤੇ ਆ ਗਿਆ ਰੈਸਰ ਵਾਲਾ ਗੱਲ ਤੇ ਮੈਨੂੰ ਖੁੱਚੀ ਬਣ ਕੇ ਲੱਗਦੀ ਆ ਨੰਬਰ ਦੇ 10 ਦੇ ਕਿੰਨੇ ਹੋ ਗਏ 13 ਤੇ ਓਏ ਮੈਨੂੰ ਲੱਗਦਾ ਵੀ ਉਹ ਡਾਉ ਛੜੀ ਮੇਰੀ ਬੇਨਤੀ ਆ ਭਰਾ ਬਣ ਕੇ ਗਰਾਊਂਡ ਨੰਬਰ 1 ਦੇ ਲਾਗੇ ਆ ਜਾਣਗੇ ਅਗਲਾ ਮੈਚ ਉਹਨਾਂ ਦਾ ਖੇਡਿਆ ਜਾਣਾ ਪਰ ਇੱਧਰ ਵੀ ਕਹਿੰਦੇ ਮਾਸਟਰ ਪੂਰਾ ਖੁਸ਼ ਆ ਬੱਲੋ ਦਾ ਕੋਪਾ ਆਇਆ ਹੋਇਆ ਲੈ ਵੀ ਜਿਹੜੀ ਟੀਮ ਜਿੱਤ ਗਈ ਪੈਸੇ ਮੇਰੇ ਕੋਲ ਆ ਗਏ 1 ਨੰਬਰ ਗਰਾਊਂਡ ਤੋਂ ਰੁਪਈਆ 1100 ਦਿੱਤਾ ਜਾਣਾ ਹਰੀ ਆਸਟ੍ਰੇਲੀਆ ਦਾ ਨਾਲ ਗੁਰਿੰਦਰਾ ਭਰਾ ਸਦਾ ਜਲਾਲ ਦੀ ਉਹਦੇ ਨਾਲ ਚੱਕਾ ਇਟਲੀ ਦਾ ਵੀਰ ਟੂਰਨਾਮੈਂਟ ਅੰਗਰੇਜ਼ ਦਿੱਤੇ ਰਾਊਂਡ ਦੂਜਾ ਰਾਊਂਡ ਆਈ ਰਿੱਕੀ ਕਰਤਾਲੇ ਵਾਲ ਪੁਰਤਗਾਲ ਦੇ ਨਾਲ ਵਿੱਕੀ ਮਰਧਾਰੀ ਚੁੱਕੇ
ਬੁੜੀਆਂ ਦਾ ਮਹਾਨ ਖਿਡਾਰੀ ਖੇਡਦਾ ਹੈ ਗਰਾਊਂਡ ਨੰਬਰ 300 ਇੱਧਰ ਵੀ ਪੱਟੇ ਆ ਗਰਾਊਂਡ ਨੰਬਰ ਸ਼ੇਅਰ ਮਾਰ ਦੋ ਸਾਰੇ ਜਾਣੇ ਉਹ ਪਿੱਛੇ ਵੱਡਾ ਪਿਆ ਹੋਇਆ ਰਾਏਕੋਟ ਦੀ ਟੀਮ ਹੈ ਤੇ ਨਾਲ ਮੁੰਡੇ ਜੋਧਪੁਰ ਦੀ ਧਰਤੀ ਦੇ ਨਾਲੇ ਲਾਈਵ ਦੀ ਕੁਆਲਿਟੀ ਦੱਸੋ ਕਿਵੇਂ ਚੱਲੀ ਜਾਂਦਾ ਬਾਈ ਗੱਲ ਪੱਕੀ ਆ ਪੱਲੋ ਵਾਲਿਆ ਇਹਨਾਂ ਨੂੰ ਲਾਈਟ ਨਹੀਂ ਨਾਲੇ ਨਹੀਂ ਮੁੰਡਿਆਂ ਨੂੰ ਸੁਧੋਏ ਵਾਲਿਆਂ ਨੂੰ ਜਿਹੜੇ ਹਿਸਾਬ ਨਾਲ ਫਰੇ ਚੱਲਦੇ ਆ ਕਰਕੇ ਦੱਸੋ ਯਾਰ ਪਾਲੀ ਪੂਰੀ ਰਾਜਾ ਸਿੰਘ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਵੀਰੇ ਪੁਆਇੰਟ ਦੱਸੋ ਮੰਡੀ ਕਲੋਂ ਦੇ ਵਿੱਚੀ ਦੀ ਆਉਣੀ ਮੋਰੀ ਤੇਰੇ ਹੋ ਗਿਆ ਸਿੰਘ ਤੇ ਲਾਈਵ ਹੈਗਾ ਆਨਲਾਈਨ ਵਾਲੀਬਾਲ ਪਲੇਅਰ ਇੱਕ ਹੈਗਾ ਪੀਵੀ 56 ਗੁਰਬਖਸ਼ ਸਿੱਧੂ ਵੀਰੇ ਬਹੁਤ ਬਹੁਤ ਧੰਨਵਾਦ ਜੀ ਕੋਚ ਜੋਧਪੁਰੀ ਆਇਆ ਹੈਗਾ ਵੀਰੇ ਪਰ ਅੱਜ ਖੇਡਿਆ ਨੀ ਹੈਗਾ ਬਿਮਾਰ ਹੋਣ ਕਾਰਨ ਉਹ ਔਰ ਬਹੁਤ ਵੱਡਾ ਧੰਨਵਾਦ ਮੈਂ ਤੇ ਕਰਦਾ ਵੀਰਾਂ ਦਾ ਬੜੇ ਪਿਆਰੇ ਤੇ ਸਤਿਕਾਰਯੋਗ ਮਿੱਤਰ ਉਧਰ ਬਾਈ ਜੀ ਫੁਰਜ ਭਲਾਈ ਤੇ ਚੈਣੇ ਵਾਲੀ ਟੀਮਾਂ ਗਰਾਊਂਡ ਨੰਬਰ 3 ਦੇ ਲਾਗੇ ਆ ਜਾਣਗੀਆਂ ਉਹਨਾਂ ਦਾ ਮੈਚ ਖੇਡਿਆ ਜਾਣਾ ਦੋ ਨੰਬਰ ਗਰਾਊਂਡ ਦੇ ਵਿੱਚ ਯੂਪੀ ਫਤਿਹਪੁਰ ਤੇ ਪਾਰਕਿਆਂ ਦੇ ਮੁੰਡੇ ਆਉਣਗੇ ਪਰ ਇੱਧਰ ਝੋਲ ਦਾ ਤੇ ਗਗੋਰਾ ਦਾ ਮੈਚ ਇੱਕ ਨੰਬਰ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਆਹ ਗੱਲਾਂ ਬਾਤਾਂ ਮੇਰੇ ਮਿੱਤਰ ਇੱਧਰ ਪੱਟੀਆਂ ਨੇ ਖੇਡ ਗਰਾਊਂਡ ਦੇ ਅੰਦਰ ਵੀ ਮੂਰਖਾਂ ਦਾ ਕੰਮ ਜਿੱਥੇ ਬੋਲਦਾ ਆਣਾ ਉੱਥੇ ਹੀ ਲਾਈਵ ਆ ਬਾਲ ਜੱਸਾ ਆ ਜੱਸਾ ਸਕੋਰ ਦੱਸਦੇ ਵੀਰੇ ਸਕੋਰ ਦਰਸ਼ਕ ਦੱਸੋ ਵੀਰੇ ਆਪਣੇ ਜਿਹੜੇ ਵਿੱਚ ਗਿਣਦੇ ਆ ਰਾਜੇ ਰਾਜਾ ਮੇਰਾ ਮੇਰ ਦੱਸੋ ਸਕੋਰ ਸੁੱਕੀ ਲੋਪੋ ਬਣ ਕੇ ਭਾਂਬੜ ਪੈਂਦੀ ਮੱਟ ਲੋਪੋ ਵਾਲਿਆ ਮਿਹਨਤ ਨਾ ਗੁੱਜੀ ਰਹਿੰਦੀ ਆਹ ਬੋਲਦੀ ਗਰਾਊਂਡਾਂ ਵਿੱਚ ਤੇ ਕਦੇ ਨਾ ਲੁਕਾਇਆ ਲੁਕੇ ਸੱਟ ਲੋਪੋ ਵਾਲਿਆ ਬਾਈਆਂ ਨੇ ਟੱਪੇ ਦਾ 500 ਬੋਲਿਆ ਸੀ ਹਣੀ ਆਸਟ੍ਰੇਲੀਆ ਨਾਲ ਬਾਈ ਗੁਰਪਤ ਜਲਾਲ ਦੀ ਵੱਲ ਜੱਗਾ ਭਰਾ ਸਾਡਾ ਰਾਜਗੜੀਆ 300 ਬੰਦਾ ਆਉਣਗੇ ਜੱਸਾ ਮਾਰੀ ਤੁਰਿਆ ਆਉਂਦਾ ਸਿੰਗਲੈਂਡ ਜਲਾਲ ਦੀ ਵੱਲ ਮਾਸਟਰ ਰਾਜਗੜ ਜੀ ਉਹਨਾਂ ਵੱਲੋਂ 500 ਰੁਪਇਆ ਧੰਨਵਾਦ ਰਾਜਾ ਵੀਰੇ 9 ਪੁਆਇੰਟ ਹੋ ਗਏ ਇੱਧਰ ਇੱਕ ਨੰਬਰ ਹੋਰ ਦੇ ਵਾਧੇ ਹੋ ਗਏ ਆ 9-14 ਵੀਰੇ ਉਹ ਸਕੀਮ ਬੋਲੀ 19 ਤੇ ਨੀਤੂ ਹੁੰਡਾ ਵੱਲੋਂ ਇਸ ਮੈਚ 'ਚ ਜਿੱਤੇ ਰਵੀ ਦਾ ਸਨਮਾਨ ਕੱਪ ਨਾਲ ਚੰਡੀਗੜ੍ਹ ਟੂਰਨਾਮੈਂਟ ਤੇ ਨੀਤੂ ਫਤਿਹਪੁਰ ਯੂਪੀ ਤੇ ਬਾਰੇ ਖਾਤਰ ਚ ਗੱਲ ਕਰੇਟਾ ਕਰਾ ਪਾਏਗਾ ਤੇ ਫਤਿਹਪੁਰ ਯੂਪੀ ਵਾਲੇ ਬੰਦੇ ਬਹੁਤ ਤਗੜਾ 9-14 ਸਕੋਰ 9-14 10-14 ਹੋ ਗਏ ਵੀਰੇ
ਉਹ ਭਾਈ ਯਾਰ ਇੱਧਰ ਵੀ ਮੁੰਡਿਆਂ ਨੇ ਪੱਟੀ ਲੀਡ ਪੱਟ ਦਿੱਤੀ ਆ, 10-14 ਦੀ ਟੱਕਰ ਹੈ। ਇੱਕ ਤਾੜੀ ਤਾਂ ਮਾਰੋ ਯਾਰ, ਦੋਨੋਂ ਟੀਮਾਂ ਲਈ ਮੁੰਡੇ ਚੋਰ ਲਈ ਆਉਂਦੇ ਆ। ਚੋਰ ਲੱਗੇ ਵੀ ਕਿਉਂ ਨਾ, ਹਰੀ ਉਹਨਾਂ ਦਾ ਪਾਲਾ ਚੋਰ ਲੱਗਿਆ ਮੇਲਾ ਗਰਾਊਂਡ ਤੇ। 300 ਕਹਿੰਦੇ ਜੇ ਕੋਈ ਟੀਮ ਲੇਟ ਹੁੰਦੀ ਹੈ ਗਰਾਊਂਡ ਜਾਣ ਤੋਂ, ਫਿਰ ਜੇ ਕੋਈ ਟੀਮ 31 ਗੇਂਦਾਂ ਦਾ ਲੀਡ ਹੈ, ਰੌਲਾ ਰੱਪਾ ਪਾਇਓ। 11-14 ਇੰਨ ਵਾਲ ਹੈ, ਰਵੀ ਜਿੱਤ ਜਾਵੇ ਚਾਹੇ ਹਾਂਜੀ। ਚੰਡੀਗੜ੍ਹ ਦੇ ਵੱਡੇ ਮੇਲੇ ਤੇ ਆਪਾਂ ਟੱਪ ਦੇ ਨਾਲ ਵੱਡਾ ਮਾਣ ਕਰਦਾਂਗੇ। ਹਾਂਜੀ ਸਰ, ਮੇਰੇ ਮੇਰੇ ਕਹਿੰਦੇ ਸਪੀਡ ਫੁੱਲ ਚੱਲੀ ਆਉਂਦੀ ਹੈ ਯਾਰ, 400-450 ਦੀ ਸਪੀਡ ਚੱਲੀ ਆਉਂਦੀ ਆ ਬਈ। ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿਵੇਂ ਚੱਲੀ ਆਉਂਦਾ ਲਾਈਵ ਯਾਰ। ਮਾੜਾ ਫੋਨ ਆਪਣਾ ਹੀ ਲਾਈਵ ਦੇ ਕਿਵੇਂ ਉਹਨਾਂ ਨੇ ਰੋਕਦਾ। ਆਪਣੇ 17K ਫੋਲੋਵਰ ਪੂਰੇ ਹੋ ਗਏ ਵੀਰੇ, 17K ਫੋਲੋਵਰ ਪੂਰੇ ਹੋ ਗਏ ਅੱਜ। ਪਰ ਧੱਕੀ ਬੜੀ ਕੱਢਦਾ ਨਾਲੀ ਸੁਖਲੰਦੀ ਦਾ, ਤੇਰਾ ਨਾਮ ਦਾ ਸੁਣ ਵੀ ਕੀ ਆ। ਚੌਧਰੀ ਬਹੁਤ ਬਹੁਤ ਧੰਨਵਾਦ। ਤਿੰਨ ਨੰਬਰ ਤੇ ਲਾਈਵ ਹੈਗਾ ਵੀਰੇ ਪੀਵੀ ਪੰਜਾਬ ਵਾਲੀਬਾਲ, ਇੱਕ ਹੈਗਾ ਗਾ ਆਨਲਾਈਨ ਵਾਲੀਬਾਲ ਪਲੇਅਰ। ਉਹਨਾਂ ਦਾ ਮੈਚ ਵੀਰੇ 2 ਨੰਬਰ ਗਰਾਊਂਡ ਤੇ ਆ ਚੀਜ਼ ਤੇ, ਉਹਨਾਂ ਦਾ ਮੈਚ ਚੱਲਣੀ ਹੈਗਾ ਅਜੇ। ਵਧੀਆ ਵਧੀਆ ਚੰਨੀ ਬਾਈ, ਵਧੀਆ ਵਧੀਆ ਪੁਆਇੰਟ 14-11 ਨਾਲ ਦਾ ਮੈਚ ਹਲੇ ਬੋਲਿਆ ਨੀ ਹੈਗਾ। ਮੈਨੂੰ ਲੱਗਦਾ ਵੀ 11 ਦੀ ਟੱਕਰ ਆਹ ਟੱਕਰ ਵੱਡੀ ਆ ਨਾ ਵੀ ਉੱਧਰ ਲਾਸਟ ਆ ਗਿਆ ਜੀ ਨੰਬਰ ਬਾਈ ਜੀ ਕੈਨੇਲ ਦੇ ਆਓ ਮੇਰਾ ਵੀਰ ਮੈਂ ਟੀਮ ਦੇ ਜੀ ਮੰਡੀ ਸ਼ਰਮਾ ਕਲਾ ਕੈਨੇਲ ਤੇ ਬੁਰਜ ਭਰਾਈ ਵਾਲੇ ਮੁੰਡੇ ਸਿਰੇ ਆਓ ਮੇਰਾ ਵੀਰ 3 ਨੰਬਰ ਗਰਾਊਂਡ ਤੇ ਸਰਦਾਰ ਨੂੰ ਤੇ ਗਰਾਲ ਨੂੰ ਚੰਡੀਗੜ੍ਹ ਦੇ ਵਿੱਚ ਪਾਰਟੀ ਕਰਦਾਂਗੇ। ਲਓ ਸਾਹਮਣੇ 11-14 ਏ ਬੱਲੇ ਸੋਹਣਾ ਕਿੱਤੀ ਪੱਟੀ ਦੇ ਬਣਾਰੇ ਪੱਟੀ ਬਣਾਰੇ ਓ ਬੱਲੇ 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 ਹੋ ਜਾ ਦੇ 11 ਦੀ ਟੱਕਰ ਬੜੀ ਪੱਤੀ ਟੱਕਰ
ਆਸਟ੍ਰੇਲੀਆ ਦਾ ਖੜ ਕੇ ਚੱਕੀ ਤੋਂ ਆਉਣਾ ਕਹਿੰਦਾ ਪਟਾਕੇ ਪਈ ਜਾਂਦੇ ਆ ਕਾਕੇ ਖਈ ਜਾਂਦੇ ਆ ਉਹ ਬੱਲੇ 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 ਰਵੀ ਜਿੱਤ ਜਾਵੇ ਨੰਬਰਦਾਰ ਉਹ ਪੱਟੀ ਪਾਰਟੀ ਕਰ ਦਿਆਂਗੇ ਗੱਲ ਕਹਿੰਦੇ ਟਿਕਾਣੇ ਜਿਹੜੀ ਲਾਤੀ ਮੇਰੇ ਵੀਰੇ ਆਓ ਸਾਹਮਣੇ ਕਹਿੰਦੇ ਵੱਡੀ ਲੀਡ ਤਿੰਨ ਦੇ ਲਾਈਵ ਪੀਵੀ ਸਪੰਜਾ ਬਾਲੀਵਾਲ ਆਨ ਲਾਈਨ ਬਾਲੀਵਾਲ ਪਲੇਅਰ ਪੱਟਣੀ ਪੈਣੀ ਆ ਪਰ ਮੁੰਡੇ ਮੈਨੂੰ ਆਈ ਤੇ ਆਏ ਲੱਗਦੇ ਆ ਪਰ ਅੰਗਰੇਜ਼ੀਆਂ ਤੇ ਕੁਝ ਮਰਦ ਧਾਰ ਕੇ ਆ ਲੱਗਦਾ 300 ਬੰਦਾ ਹੋ ਗਿਆ ਜੋ ਲਾਓ ਸਾਹਮਣੇ ਬਹੁਤ ਵੱਡਾ ਧੰਨਵਾਦ ਹੈ ਇੱਧਰ ਬਹੁਤ ਵੱਡੇ ਪੱਧਰ ਉੱਤੇ ਆਓ ਸੰਗਤ ਲਾਈਵ ਜਿਹੜੀ ਹੋਈ ਹੈ ਬਹੁਤ ਚਲੋ ਧੰਨਵਾਦ ਕਰਦੇ ਆ ਸਿਰੇ ਦੀ ਟੱਕਰ ਆਓ ਬੱਲੇ ਬੱਲੇ ਪੁਆਇੰਟ ਦਾ ਦੇ ਵੀਰੇ ਪੁਆਇੰਟ ਦਾ ਦੇ ਕਮੈਂਟ ਕੰਟੀ ਤੇ ਜੱਸੀ ਦੀ ਪੁਆਇੰਟ ਦਾ ਆਪਣੇ ਕਮੈਂਟਾਂ ਜੀ ਦਾ ਦਿੰਦੇ ਆ ਬੰਦੇ ਬੈਠੇ ਆਪਣੇ ਰਾਜੇ ਹੁਣੀ ਖੇਡਦੇ ਆ ਨਾਲ ਸੱਸਾ ਚੈਣਿਆਂ ਦਾ ਮੈਚ ਅਜੇ ਬੋਲਿਆ ਨਹੀਂ ਹੈਗਾ ਵੀਰੇ ਨਾਲ ਨੰਦਗੜੀਆਂ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਨੌਜਵਾਨਾਂ ਹਰ ਓਏ ਹੋਏ ਹੋਏ ਆ ਬਾ ਸਣੀ ਸਣੀ ਨੇ ਵੀ ਪਾਣੀ ਹਿੱਟਾ ਰਿੱਕੀ ਚੋਰੀ ਤੇ ਆ ਵੀ ਪਾਣੀ ਹਿੱਟਾ ਕਿਰਪਾਲੇ ਰਿਆ ਡਿੰਗਾ ਲਈ ਬੱਚਾ ਜਗਦੀਪ ਸ਼ਰਮਾ ਬਹੁਤ ਬਹੁਤ ਧੰਨਵਾਦ ਵੀਰੇ ਹੋਣ ਗਿਆ ਇਹ ਪੱਲੇ ਮੈਚ ਇੱਧਰ ਛੁੱਟੀ ਦਾ ਬਾਈ ਜੀ ਗਰਾਊਂਡ ਨੰਬਰ 3 ਦੇ ਵਿੱਚ ਟੀਮਾਂ ਆਉਣ ਬੁਰਜ ਭਲਾਈ ਦੀ ਟੀਮ ਆਵੇ ਬਾਈ ਨਾਲ ਮੁੰਡੇ ਆ ਜਾਣ ਚੈਨੇ ਵਾਲੀ ਧਰਤੀ ਦੇ ਬੜਾ ਵਧੀਆ ਮੈਚ ਉੱਧਰ ਵੀ ਖੇਡਿਆ ਜਾਣਾ ਨਾਲ ਵੀ ਸੰਗਤ ਜੁੜੀ ਹੋਈ ਹੈ ਪਰ ਪੇਚਾ ਉੱਤੇ ਇੱਕ ਨੰਬਰ ਗਰਾਊਂਡ ਦਾ ਵੱਡਾ ਆਹ ਇੱਕ ਨੰਬਰ ਗਰਾਊਂਡ ਦਾ ਵੱਡਾ ਮੇਰੇ ਮਿੱਤਰੋ ਪੇਚਾ ਜਿਹੜਾ ਆਹ ਪੈ ਚੁੱਕਿਆ ਇੱਧਰ ਗੱਲਾਂ ਬਾਤਾਂ ਵੱਡੀਆਂ ਨੇ 1100 ਕਰਦੇ ਸਣੀ ਜੱਸੇ ਦੇ ਬਾਲ ਲਾਉਂਦਾ ਲਓ ਸਾਹਮਣੇ ਕਿਹਦੇ ਨਾਲ ਰਵੀ ਪੂਣੀਆ ਭਰਾ ਸਾਡਾ ਕਹਿੰਦਾ ਜੇ ਸਣੀ ਜੱਸੇ ਤੇ ਬਾਲ ਲਾਉਂਦਾ ਤੇ ਰੁਪਈਆ 1100 ਬਾਲ ਆਊਟ ਪਹਿਲੇ ਵੀ ਨੰਬਰ ਹੋ ਗਿਆ ਮੇਰੇ ਖਿਆਲ ਨਾਲ 15 ਹਰੀ 15 ਅਗੇ ਪੁੱਛੀ ਬਈ ਹਰੀ ਸੇਰੀਆ ਦੀ ਉਦੋਂ ਪੰਡਤ ਪੁੱਜਾ ਹੋਇਆ ਭਰਾ ਸਾਡਾ ਤੱਖਰ ਵਾਲਾ ਪਿੰਡ ਹੈ ਲੰਮੀ ਪਾਰੀ ਦਾ ਘੋੜਾ ਸਾਡਾ ਵੱਡਾ ਵੀਰ ਦਰਵਾਜ਼ਾ ਨੇ ਵੀ ਪੈਰਾਂ ਦੇ ਵਿੱਚ ਬਹਿ ਕੇ ਕਿਤੇ ਉੱਤੇ ਹੋ ਜੋ ਦੀਵੇ ਰਹਿਣਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਸਾਰੇ ਸਾਡੇ ਸਵਾਦਾਂ ਨੂੰ ਚੇਲੇ ਕਦੇ ਨੀ ਦਿੰਦੇ ਸ਼ੇਰਾ ਮਾਤਾ ਨੂੰ ਚੇਲੇ ਮਾਤਾ ਨੂੰ ਗੱਲਦੇ ਟਿਕਾਣੇ ਲਾਤੀ ਮੁੰਡਿਆਂ ਨੇ ਉਹ ਮੇਰੇ ਵੀ ਪਹਿਣਾ ਪਹਿਣਾ ਕਰਾਤੀ ਮੇਲਾ ਬਣਾਤਾ ਉਹ ਮੇਰੇ ਵੀ ਮੈਚ ਅਜੇ ਬੋਲਿਆ ਨੀ ਹੈਗਾ ਵੀਰੇ ਅੱਜ ਖਰਾਬ ਦੀ ਗੱਲ ਦੀ ਧਰਤੀ ਤੇ ਇਹ ਬੱਲੇ 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 ਆਏ ਮੇਰੇ ਰੱਬਾ ਆਹੋ ਮੇਰੇ ਰੱਬਾ ਸੱਤੇ ਦਾ ਮੈਚ ਨਹੀਂ ਚੱਲਿਆ ਵੀਰੇ ਹਲੇ ਨਾਲ ਮੁੰਡੇ ਚੈਣੇ ਵਾਲੀ ਟੀਮ ਦੇ ਰਹਿੰਦੇ ਹੋਰ 15-11 ਮੁੰਡਾ 15-11 ਚਰਦੇ ਵੱਡੇ ਮੁੰਡੇ ਦਾ ਉਹ ਹਲਾਲ ਹੋ ਗਿਆ ਸਪੋਰਟ ਦੇ ਆਏ ਆ ਚਰਦੇ ਵੱਡੇ ਹੁੰਦੇ ਆ ਭਰਾ ਹੈ ਸਾਡਾ
ਗੱਲਾਂ ਥੋੜ ਗਈਆਂ ਲੈ ਵੀ ਮੈਨੂੰ ਭਰਾ ਸਕਦਾ ਮੈਨੂੰ ਬਈ ਵਾਲੀ ਆ ਧੋਨੀ ਨੂੰ ਮਿਲਣੇ ਰਾਏ ਕੋਟੀਆ ਨੂੰ ਬੱਲੇ ਕੋਲਾ ਨਹੀਂ ਹੈ ਵਰਿੰਦਰ ਗੱਲ ਸ਼ੇਰੂ ਦਾ ਮੈਚ ਨਹੀਂ ਬੋਲਿਆ ਹਲੇ ਵੀਰੇ ਉਹਨਾਂ ਵੱਲੋਂ ਪਹੁੰਚਿਆ ਹੋ ਗਿਆ 2100 ਹੋ ਗਿਆ ਨਹੀਂ ਬੋਲਿਆ ਨੰਬਰ ਤੇ ਸ਼ਕਲਾਤੀ ਦਿੰਦੇ ਪੱਲੋ ਵਾਲੇ ਖੋਪੇ ਦਾ ਮਾਰ ਜਿਹੜਾ ਵੀਰੇ ਮੇਰੇ ਕੋਲੇ ਲਾਈਵ ਨਹੀਂ ਰੁਕਦਾ ਬਹੁਤ ਸਪੀਡ ਚੱਲੀ ਆਉਂਦੀ ਹੈ ਲਾਈਵ ਦੀ ਤਾਂ 400 17 ਤੇ 11 ਮੇਰੇ ਮਿੱਤਰ ਵੀ ਤੇਰੀ ਚਿਤਰਲ ਵੇਖੀ ਅਸੀਂ ਜੀ ਪਾਣੀ ਵਾਲੇ ਵੀਰ ਦਾ ਨੰਬਰ ਲਾਸਟ
ਲਵੀ ਨੱਥੂ ਵਾਲੀ ਪ੍ਰਧਾਨ ਕਰਨ ਲਈ 500 ਰੁਪਇਆ ਆਇਆ ਬਲਵੰਤ ਗੁੱਪਲ ਬਸੀ ਵਾਲੇ ਸਾਡੇ ਵੱਡੇ ਬਾਈ ਦੇ ਵੱਲੋਂ ਕੈਨੇਡਾ ਵਾਲੇ ਨੇ ਵੱਡੇ ਮਾਣ ਕੀਤੇ ਆ ਆਪਦੀ 2 ਨੰਬਰ ਗਰਾਊਂਡ 'ਚ ਫਤਿਹਪੁਰ ਜੂਤੀ ਤੇ ਚਲਦੀ ਗਿੱਲ ਕੈਨੇਡਾ ਕਲੱਬ ਪਾਲੇਗਾ ਸੱਤਾ ਬਰਸੀ ਪਈ ਆ ਇਤੋਂ ਬਾਅਦ ਲੋਕੋ ਇੱਧਰ ਵੀ ਖੜਕੂ ਪਰ ਉੱਧਰ ਕਹਿੰਦੇ ਬਰਸੀਕਰੀ ਵਾਲਿਆਂ ਦਾ ਨੰਬਰ ਲਾਸਟ ਆ ਗਿਆ ਨੰਬਰ ਲਾਸਟ ਆ ਗਿਆ ਵੀ ਦੁਬਈ ਇੱਥੋਂ ਲਓ ਨੰਬਰ ਇੱਧਰ ਮੇਰੇ ਮਿੱਤਰਾਂ ਲਾਸਟ ਆ ਚੁੱਕਿਆ ਖੇਡ ਗਰਾਊਂਡ ਦੇ ਵਿੱਚ ਸੰਤੋਖਾ ਜਿੱਤ ਵੀ ਦੀ ਦੁਬਈ ਠੀਕ ਹੈ ਪ੍ਰਿੰਸ ਪ੍ਰਿੰਸ ਕਹਿੰਦਾ ਸ਼ਨੀ ਨੂੰ ਮੁਬਾਰਕਾਂ ਅਗਲੇ ਸਾਲ ਕੜੇ ਨਾਲ ਚਾਂਦੀ ਦੇ ਕੜੇ ਨਾਲ ਮਾਨ ਸਨਮਾਨ ਕਰਨਾ ਭਰਾ ਸਾਡਾ ਵੀਰ ਕਹਿੰਦਾ ਵੀ ਅਗਲੇ ਸਾਲ ਦੁੱਲੀ ਵਾਲ ਦੇ ਸ਼ਨੀ ਦਾ ਸਨਮਾਨ ਚਾਂਦੀ ਦੇ ਕੜੇ ਦੇ ਨਾਲ ਕੀਤਾ ਜਾਵੇਗਾ ਆਓ ਮਾਸਟਰ ਰਾਜ ਗੜੀਆ ਕਹਿੰਦਾ ਆਪਾਂ ਚੇਲ ਪਾ ਦੇਗੇ ਚਾਂਦੀ ਨੂੰ ਚਾਂਦੀ ਕਰ ਦਿਆਂਗੇ ਗੱਲ ਕੁੱਝ ਹੋਰ ਹੀ ਬਣ ਗਈ ਆ ਫਤਿਹਪੁਰ ਜੂਤੀ ਕਰਿਓ ਕਰਿਓ ਕਮੈਂਟ ਕਰਾ ਟੀਮ ਜਿਹੜੀ ਆ ਰਹੀ ਤੇਰੀ ਗੱਲ ਕਰੇਗਾ ਕਲਬ ਕਿਹੜੇ ਕਿਹੜੇ ਕਹਿੰਦੇ ਆ ਵੀ ਪੱਟਿਆ ਜਾਊ ਪਾੜਾ ਲੱਗ ਜੂ ਪਤਾ ਮਨੂ ਸ਼ਰਮਾ ਕੀ ਬਣਦਾ ਬਣੂ ਮੈਚ ਬਣੂ ਦਰਸ਼ਕਾਂ ਨੂੰ ਵੇਟ ਆ ਵੀ ਮੈਚ ਬਣੂਗਾ ਜੱਸਾ ਬੜਾ ਕਾਬ ਆ ਗਿਆ ਨਹੀਂ ਬਈ ਹੋਇਆ ਨੀ ਹੈਗਾ ਫਤਿਹਪੁਰ ਯੂਪੀ ਵਾਲੇ ਮੁੰਡੇ ਆ ਗਏ ਤਿਰਪੀ ਗੇਲ ਕੈਨੇਡਾ ਕਲੱਬ ਪਾਲੇਗਾ ਸੁੱਖ ਦਾ ਸਾਹ ਤੇ ਕਿਸੇ ਨੂੰ ਨੀ ਆਉਣਾ 12-18 ਹੋ ਗਏ ਲਵੀ ਬਲਵੰਤ ਭਾਈ ਅੱਜ ਕਿਸੇ ਨੂੰ ਨੀ ਆਉਣਾ ਚਾਰਦੇ ਵੱਡੇ ਨੇ ਸਰਮਣਾ ਹੋਰ 12-18 ਫਤਿਹਪੁਰ ਯੂਪੀ ਵਾਲੇ ਆ ਗਏ ਬਾਰੇ ਕਾਲਾ ਕਮਰਾ ਆ ਗਿਆ ਮੇਰੇ ਵੀਰੋ ਅੱਜ ਕੱਲ ਬਾਰੀ ਚਰਚਾ ਬਾਰੇ ਕਾਲੇ ਕਾਲੇ ਦੀ ਗੱਲਾਂ ਕਹਿੰਦੇ ਹੋਣ ਗਿਆ ਤੇਰੇ ਤੇ ਖਿਡਾਰੀ ਵੀ ਜਲਦੀ ਨਾਲ ਆ ਜਾਓ ਮੇਰਾ ਵੀਰੋ ਬੋਲਦਾ ਵੀਰੇ ਬੋਲਦਾ ਯਾਦ ਕਰ ਲੈ ਤੁਹਾਨੂੰ ਮਿਲ ਧੰਨਵਾਦ ਲਖਵਿੰਦਰ ਵੀਰੇ ਬਹੁਤ ਬਹੁਤ ਧੰਨਵਾਦ ਟਾਪ ਦੀ ਟੱਕਰਾਂ ਨੌਜਵਾਨਾਂ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਆ ਉਹ ਬੱਲੇ ਬੱਲੇ ਹੋਈ ਪਈ ਆ ਖੇਡਦੇ ਮੈਦਾਨ ਦੇ ਵਿੱਚ ਹੁਣ
ਨੰਬਰ ਗਰਾਊਂਡ ਚ ਮਾਲਵਾ ਬੈਟ ਦੇ ਫੁਰ ਗਏ ਇਧਰੋਂ ਮੁਕਲਾ ਦੇ ਕਰ ਟੁੱਟਾਪਾ ਸ਼ੁਰੂ ਹੋ ਰਿਹਾ ਸੰਧੋਇਆ ਦਾ ਬੈਟ ਨੇ ਦਸਿਆ ਕਰੀ ਆਉਂਦਾ ਰਵੀ ਵਾਲ ਆ ਗਿਆ ਮੈਚ ਬਣ ਗਿਆ ਓਏ ਉਹ ਬੋਲਦੀ ਸ਼ੇਰ ਹੋ ਕਹਿੰਦਾ ਉਸ ਆਪਣੇ ਮੈਚ ਮੇਰੇ ਮਿੱਤਰੋਂ ਬੜਾ ਟਾਪ ਦਾ ਖੇਡਿਆ ਜਾ ਰਿਹਾ ਮੈਚ ਬਣ ਗਿਆ ਮੈਚ ਬਣ ਗਿਆ ਕਿੰਨੇ ਪੁਆਇੰਟ ਹੋ ਗਏ ਜੀ ਮੈਨੂੰ ਲੱਗਦਾ 13 ਹੋ ਗਏ ਨੰਬਰ 13 ਤੇ 18 ਪੁਆਇੰਟ ਹੋ ਗਏ ਅੰਗਰੇਜ਼ ਮਰਦਾ ਸਣੀ ਡੁੱਲੀ ਲੱਗਦੀ ਹੈ ਆ ਬੋਲੀ ਪਾਣੀ ਵਾਲਾ ਵੀਰ ਬਾਈ ਜੀ ਪਾਣੀ ਵਾਲਾ ਵੀਰ ਆਵੇ ਭਰਾ ਬਣ ਕੇ ਮੇਰੀ ਬੇਨਤੀ ਆ ਪਾਣੀ ਵਾਲਾ ਭਰਾ ਸਾਡਾ ਅਰਸ਼ ਸ਼ਰਮਾ ਘਨੌਰ ਵਾਲਾ ਯਾਦ ਕਰਦਾ ਧੰਨਵਾਦ ਮੈਚ ਮੁੱਕ ਗਿਆ ਸੰਧੋਏ ਵਾਲੇ ਮੁੰਡੇ ਦਾ ਮੈਚ ਮੁੱਕ ਗਿਆ ਜਦੋਂ ਜਦੋਂ ਵੀ ਦਾਸ ਦੀ ਭੀੜ ਪਈ ਹੈ ਦੂਜਾ ਰਾਊਂਡ ਹੀ ਵੀਰੇ ਦੂਜਾ ਰਾਊਂਡ ਦੂਜੇ ਰਾਊਂਡ ਦੇ ਦੋ ਪਟਾਕੇ ਨਿਕਲੇ ਜੀ ਫੁੱਲ ਇੱਕ ਫਤਿਹਪੁਰ ਯੂਪੀ ਦੇ ਬਾਰੇ ਬਹੁਤ ਵੱਡੇ ਧੰਨਵਾਦ ਬਹੁਤ ਵੱਡੇ ਸਹਿਯੋਗ ਵੀ ਆ ਮੇਰੇ ਮਿੱਤਰੋ ਹਰ ਪਰ ਕਿੰਨਾ ਜਿਹਨਾਂ ਨੂੰ ਦਿਲੋਂ ਸਵਾਲ ਆ ਰਿਹਾ ਮਾਰਾ ਮੋਟਾ ਰੌਲਾ ਰੱਪਾ ਰਿਹਾ ਪਾਰੇ ਲੈ ਵੀ ਵੀਰੇ ਕਿੰਨੇ ਕਿੰਨੇ ਨੰਬਰ ਹੋ ਗਏ ਪੰਡਿਤ 14-18 ਕਾਹਦਾ ਸੈਂਟਰ ਨੰਦਗੜੀਆ ਕਰ ਲਿਆ ਇਹ ਤੇ ਉਹੀ ਕਰਦਾ ਤੇ ਨੰਦਗੜੀਆ ਦੱਸੇ ਤੇ ਵੀ ਪਾਰ ਲਾਉਣੀ ਬੜੀ ਔਖੀ ਹੈ ਮੇਰੇ ਮਿੱਤਰੋ ਨੰਦਗੜੀਆ ਦੱਸਾ ਡਿਫੈਂਸ ਦਾ ਬਾਲਾ ਪੱਕਾ ਚਰਚੇ ਬੜੇ ਹੁੰਦੇ ਆ ਹਰਮੁਖ ਤੇ ਜੇਫੜੀਆਂ ਮੇਰੀ ਮਾਰ ਕਰਦੇ ਉਹ ਕਹਿੰਦੇ ਮਰ ਪੀ ਤੜ ਗਏ ਨੰਬਰ 14 ਤੇ 18 ਮੇਰੇ ਮਿੱਤਰੋ ਹੁਣ ਨੰਬਰ ਕਹਿੰਦੇ ਚੋਰਨਾ ਜਾਂ ਇੱਥੋਂ ਫਿਰ ਸਰਫ ਚੇਰ ਹੁੰਦੀ ਆ ਤੇ ਮਿੱਤਰਾਂ ਸਮੇਂ ਦੀਆਂ ਬਾਤਾਂ ਹੋਣਗੀਆਂ ਨੌਜਵਾਨਾਂ ਪੇਟਾ ਗਰਾਊਂਡ ਨੰਬਰ 2 ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਆਕਾਸ਼ ਜੀ ਉਹ ਗਰਾਊਂਡ ਨੰਬਰ 1 ਦੇ ਉੱਤੇ ਟਿੱਕੀ ਹੋਈ ਆ
ਜਸਿਆ ਸਮਝਾਲਾ ਸੰਗੀ ਸਾਥੀਆਂ ਨੂੰ ਵੀ ਜੇ ਇੱਥੇ ਉਡੀਕ ਹੋਈ ਮਾਨ ਬਹੁਤ ਬਹੁਤ ਧੰਨਵਾਦ ਵੀਰੇ ਦੂਰ ਹੋ ਜਾਣਾ ਆਓ ਖੇਡਦੇ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਵੀ ਜਿਗਰਾ ਦਲੇਰ ਪੂਰੀ ਇਹਦੇ ਵਿੱਚ ਫੁਰਤੀ ਦਲੇਰੀਆਂ ਦੀ ਦਿੱਤੀ ਹੋਣੀ ਮਾਰੇ ਇਹਨੂੰ ਗੁਰਤੀ ਹੌਸਲਾ ਬੁਲੰਦ ਸੀਧਾ ਚੌੜਾ ਜੱਸੇ ਦਾ ਐਵੇਂ ਤਾਰੀ ਪਿੰਡ ਪਿੰਡ ਰੌਲਾ ਜੱਸੇ ਦਾ ਤਾਰੀ ਪਿੰਡ ਪਿੰਡ ਰੌਲਾ ਜੱਸੇ ਦਾ ਗੱਲਾਂ ਕਹਿੰਦੇ ਪੱਟੀਆਂ ਨੇ ਐਵੇਂ ਨੀ ਭਰਾਉਣ ਵਾਲੇ ਮਨਦੀਪ ਹੋਣਾ ਨੇ ਕੁਰਪੁਰ ਦਵਾਨੇ ਹੋਣਾ ਨੇ ਇਹਨੂੰ ਪੁਸ਼ਪ ਦੇ ਕੇ ਇਹਦਾ ਪੱਟਾ ਸਨਮਾਨ ਕੀਤਾ 400 ਬੰਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਪਰ ਖੁੱਲੀ ਵਾਲੀਆਂ ਵੀ ਹਿੰਡ ਦਾ ਬੜਾ ਭੈੜਾ ਨਾਲ ਕਹਿੰਦੇ ਅੰਗਰੇਜ਼ ਪੱਟੀ ਛਿੜੀ ਹੋਈ ਆ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਬਹੁਤ ਬਹੁਤ ਧੰਨਵਾਦ ਖਾੜਾ ਤੇ ਜੰਮ ਕੇ ਖੜ ਗਿਆ ਗੁਰਲਾਲ ਲਾਓ ਸਾਹਮਣੇ ਮੇਰੇ ਮਿੱਤਰੋ ਭਾਈ ਯਾਰ ਮੈਚ ਦਾ ਸਵਾਦ ਆ ਰਿਹਾ ਠੀਕ ਹੈ ਕਾਜ ਜੀ ਬਹੁਤ ਬਹੁਤ ਧੰਨਵਾਦ ਯਾਰ ਟੱਕਰ ਵੱਡੀ ਆਉਂਦੀ ਗਰਾਊਂਡ ਨੰਬਰ 1 ਦੇ ਉੱਤੇ ਟਿੱਕੀ ਹੋਈ ਆ ਆਹ ਮੇਰੇ ਮਿੱਤਰਾਂ ਮੈਚ ਬਣਾ ਸਕੋਰ 14-18 ਸਕੋਰ ਆ ਸਰ ਪਿੰਡਾ ਤੇ ਪੂਰੀ ਦੁਨੀਆ ਭਰ ਦੇ ਵਿੱਚ 14 ਜੱਸੇ ਦਾ 18 ਹੈਗੇ ਬਦਸ਼ੀਕਰੀ ਦੇ ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ ਸਾਹਮਣੇ ਲਾਲੀ ਸੇਠੀ ਪਰ ਗਲਤੀ ਦੀ ਕੋਈ ਗੁੰਜਾਇਸ਼ ਹੀ ਚਾਹੀਦੀ ਆ ਲਾਲੀ ਰਾਹੁਲ ਇੱਕ ਤਾਂ ਟੱਪਾਰੇ ਪੈ ਗਿਆ ਗੱਲ ਪਰ ਦੂਜੀ ਇਹ ਮੁੰਡੇ ਪਿਛਲੇ ਜਿੰਨੇ ਕੁ ਪੰਜਾਬ ਦੇ ਮੇਲੇ ਖੇਡਣ ਆਏ ਨਾ ਚੁਣੌਤੀ ਬਣ ਗਿਆ ਨੰਦਗੜੀਆ ਥੱਲੇ ਥੱਲੇ 15-18 ਬਹੁਤ ਬਹੁਤ ਧੰਨਵਾਦ ਸਟਾਰ ਭੇਜਣ ਲਈ 18 ਵੀ ਟੱਕਰਾ ਉਹਦਾ ਰਵੀ ਪੂਨੀਆ ਭਰਾ ਸਾਡਾ ਵੀਰ ਵੱਲੋਂ ਫੇਰੂ ਲਾਈ ਦੇ ਲਾਡੀ ਦੇ ਪੇ ਦੇ ਲਈ ਵੱਡੇ ਸਟਾਰ ਭੇਜੇ ਆ ਬਹੁਤ ਬੜਾ ਧੰਨਵਾਦ ਕਰਦੇ ਆ ਬਹੁਤ ਪਿਆਰੇ ਤੇ ਸਤਿਕਾਰਯੋਗ ਮਿੱਤਰ ਆ ਪੁਆਇੰਟ ਹੋ ਗਏ ਦਸੀ ਪੰਡਤ ਕੀ ਹਾਲ ਚਾਲ ਆ 15-18 ਹੋ ਗਏ ਜੀ 15-18 ਮਨੂ ਬਰਨਾਲਾ ਕਿੱਥੇ ਗਿਆ ਗਿਆ ਹੈਪੀ ਬਹੁਤ ਬਹੁਤ ਧੰਨਵਾਦ ਹਰ ਚਰਚੇ ਆ ਮਨੂ ਸ਼ਰਮਾ ਦੇ ਉਹ ਵੀ ਸਾਡੀ ਜਿੰਦਗੀ ਆਏ ਓਏ ਆਓ ਸਤਿਕਾਰਯੋਗ ਮਿੱਤਰ ਆ ਚੇਂਜ ਹੋਊ ਇੱਕ ਵਾਰੀ ਹੋਰ ਵਾਲੇ ਨਵੀਂ ਬਰਲਾਲ ਇੱਕ ਨੰਬਰ ਗਰਾਊਂਡ ਦੇ ਮੈਚ ਕਿਹੜਾ ਬੋਲਿਆ ਹੋਇਆ ਬੋਲ ਦੇ ਅਗਲਾ ਇੱਕ ਨੰਬਰ ਗਰਾਊਂਡ ਦੇ ਅਗਲਾ ਮੈਚ ਆਪਣੇ ਕੋਲ ਮੈਚ ਇੱਕੋ ਬਾਕੀ ਰਹਿੰਦਾ ਵੀ ਆ ਧੌਣ ਮਾਜਰੇ ਵਾਲਿਆਂ ਦਾ ਕਮਲ ਬਰਾੜ ਸਾਡਾ ਵੀਰ ਪਹੁੰਚਿਆ ਬਹੁਤ ਬੜਾ ਧੰਨਵਾਦ ਬੂਟਾ ਬੂਟਾ ਬਾਈ ਬਹੁਤ ਬਹੁਤ ਧੰਨਵਾਦ ਬੂਟੇ ਬਾਈ ਬ੍ਰਦਰ ਹੈ ਬਾਈ ਕਮਲ ਬਹੁਤ ਬਹੁਤ ਧੰਨਵਾਦ ਵੀਰੇ ਬਦਾਰ ਦੇ ਨਾਲ ਪਿੰਡ ਹੁਣੀ ਭਰਾ ਸਾਡੇ ਬਹੁਤ ਬਹੁਤ ਧੰਨਵਾਦ ਹਾਏ ਹਾਏ ਓਏ ਸਮਾਪਤ ਮੈਂ ਸਮਾਪਤ ਸਤਿ ਸ੍ਰੀ ਅਕਾਲ
ਬਹੁਤ ਤਗੜਾ ਮੈਚ ਲੱਗਿਆ ਯਾਰ। ਲੈ ਵੀ ਕਮਲ ਬਰਾੜ ਸਾਡਾ ਵੀਰੋ ਵੀ ਸਨਮਾਨ ਲਵੇ ਰੈਸਰ ਦੀ ਟੀਮ। ਲੈ ਵੀ ਰਵੀ ਜੱਸੇ ਗਰਾਊਂਡ ਦੀ ਖੜ੍ਹ ਜਾਓ ਮੇਰੇ ਵੀ ਸਨਮਾਨ ਲੈ ਕੇ ਜਾਇਓ ਰੈਸਰ ਦੀ ਟੀਮ ਜੱਸਾ ਰਵੀ ਜੱਸੀ ਕਿਹੜਾ ਗਾ ਲੈ ਵੀ ਆ ਰਹੇ ਮੇਰਾ ਵੀਰ ਬੜ ਸਿੰਕਰੀ ਆ ਰਹੇ ਹੋ ਇੰਡੀ ਸਰ ਜੇ ਸੋਨੀ ਦੇ ਕੋਲ ਮੇਰਾ ਵੀਰ ਅੰਦਰ ਦੋ